ਪ੍ਰਭੂ ਖੋਲ ਕੇ ਤਾੜੀਆਂ ਇੱਕ ਵਾਰ ਬਾਬਾ ਮਤੀ ਜੀ ਲਈ, ਜਿਹਨਾਂ ਦੇ ਨਾਂ ਤੋਂ ਤੁਸੀਂ ਸਲਾਨਾ ਜੋੜ ਮੇਲੇ ਚ ਇਕੱਤਰ ਹੋਏ ਹੋ। ਬੜੀ ਮਿਹਰਬਾਨੀ, ਬੜੇ ਆਦਮ ਨਾਲ ਸਾਰੇ ਸੁਣ ਰਹੇ ਹੋ। ਅੱਜ ਦੀ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ, ਸੱਚ ਨੂੰ ਸੁਣਨਾ ਬਹੁਤ ਔਖਾ ਹੈ। ਜੋ ਅੱਜ ਪੰਜਾਬੀ ਗਾਇਕੀ ਦਾ ਵਿਸ਼ਾ ਹੈ, ਮਾਰਾਂ ਧਾੜਾਂ ਜਾਂ ਕਿਸੇ ਜਾਤ ਨੂੰ ਲੈ ਕੇ ਜਾਂ ਗੋਲੀਆਂ ਜਾਂ ਕਚਹਿਰੀਆਂ, ਬਹੁਤ ਹੌਲੀ ਹੌਲੀ ਮੈਂ ਪਿਛਲੇ 2003 ਤੋਂ ਕੰਮ ਸ਼ੁਰੂ ਕੀਤਾ ਸੀ। 3-4 MA ਕਰ ਲਈਆਂ, MA ਇਨ ਪੋਲੀਟੀਕਲ ਸਾਇੰਸ, ਹਿਸਟਰੀ, ਰਿਲੀਜਨ ਅਤੇ PhD ਮੇਰੀ ਰਿਲੀਜਨ ਦੀ ਹੈ। ਮੈਂ ਉਦੋਂ ਤੋਂ ਇੱਕੋ ਕੋਸ਼ਿਸ਼ ਕਰ ਰਿਹਾ ਕਿ ਨਾਲ ਜਿੰਨੇ ਵੀ ਜੋੜ ਸਕਣ, ਜਿਨ੍ਹਾਂ ਦਾ ਕੰਨ ਰਸ ਚੰਗਾ ਹੋਵੇ, ਅਤੇ ਹੌਲੀ ਹੌਲੀ ਕੋਸ਼ਿਸ਼ਾਂ ਕਰਦੇ ਰਹੀਏ। ਅਤੇ ਇੱਕ ਚੈਪਟਰ ਗਾਇਕੀ ਦਾ ਇਹ ਵੀ ਹੈ, ਪਰ ਜਿਨ੍ਹਾਂ ਦਾ ਕੰਨ ਰਸ ਚੰਗਾ ਹੈ ਜਾਂ ਕਹਿ ਲਈਏ ਜਿਹੜੇ ਸਾਹਿਤ ਨੂੰ ਪਿਆਰ ਕਰਦੇ ਨੇ, ਚੰਗੀ ਗਾਇਕੀ ਨੂੰ ਪਿਆਰ ਕਰਦੇ ਨੇ, ਉਹਨਾਂ ਦਾ ਹੌਲੀ 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 ਇੱਕ ਔਰਾ ਬਣ ਰਿਹਾ। ਬਹੁਤ ਧੰਨਵਾਦ ਇੱਕ ਵਾਰ ਫਿਰ ਇੱਥੋਂ ਦੀ ਸਾਰੀ ਮੈਨੇਜਮੈਂਟ ਦਾ, ਜਿਨ੍ਹਾਂ ਨੇ ਰੱਬੀ ਰੂਹਾਂ ਦੇ ਦਰਸ਼ਨ ਗੁਜ਼ਾਰ ਕਰਾਏ। ਸਾਡਾ ਪਿਆਰਾ ਵੀਰ ਅਸ਼ਵਨੀ ਕੁਮਾਰ ਜੀ, ਇੰਸਪੈਕਟਰ ਸਾਹਿਬ ਦਿਲੋਂ ਮਿਹਰਬਾਨੀ। ਅਗਲਾ ਗੀਤ ਤੁਸੀਂ ਬੜਾ ਪਿਆਰ ਦੇ ਰਹੇ ਹੋ, ਔਰ ਕੌੜਾ ਸੱਚ ਅੱਜ ਦੇ ਸਮੇਂ ਦਾ ਕਿ ਵਿੱਚ ਠੇਕੇ ਦੇ ਸ਼ਰਾਬ ਜਿੰਨੀ ਵਿਕਦੀ ਉਹਨਾਂ ਨਹੀਂ ਫਰੂਟ ਵਿਕਦਾ। ਗਾਹਕ ਗਾਹਕ ਬਿਰਲਾ ਹੀ ਲੱਭੋ ਕੋਈ ਸੱਚ ਦਾ, ਇੱਥੇ ਹੱਥੋ ਹੱਥੀ ਝੂਠ ਵਿਕਦਾ। ਹਾਂਜੀ, ਉੜਾ ਐਡਾ ਈੜੀ ਸੱਸਾ ਸ਼ਰਾਬ ਜਿੰਨੀ ਵਿਕਦੀ ਉਹਨਾਂ ਨੇ ਕਰੋ ਬੰਦੇ ਤਾਈ ਮਾਰਦਾ ਕਚਹਿਰੀ ਚ ਗਵਾ ਪੈਨੇ ਵਿਕਦੇ ਆਹ
ਸਾਡੀ ਨਿੱਕੀ ਸੋਚ ਤੇ ਵਾਗ ਡੰਗਰਾਂ ਦੇ ਸਾਨੂੰ ਹੱਥੀ ਫਿਰਦੇ ਸੋਨਾ ਮੰਡੀਆਂ ਚ ਰੋਜ਼ਾ ਕਿਸਾਨ ਦਾ ਇੱਥੇ ਪਸ਼ੂਆਂ ਦਾ ਮੀਟ ਹੁੰਦਾ ਰੱਖੋ ਵੀ ਸਾਹ ਮੇਰੇ ਭਰਾ ਚੇਚੇ ਤੌਰ ਤੇ ਪ੍ਰੋਗਰਾਮ ਵੇਖਣ ਆਏ ਜੀ ਆਇਆ ਬਹੁਤ ਸਾਰਾ ਸਤਿਕਾਰ ਪਿਆਰ ਤੁਸੀਂ ਚੰਗਾ ਸੁਣਦੇ ਸਾਧ ਬੁਰਾ ਕਹਿੰਦੇ ਨੇ ਕੋਟ ਤੋਂ ਬਿਨਾ ਜੱਜ ਦੀ ਨਾ ਤਾਈ ਕਦੇ ਕੋਟ ਤੋਂ ਬਿਨਾ ਬਣੇ ਨਾ ਸਿਪਾਹੀ ਬਣੇ ਨਾ ਸਿਪਾਹੀ ਰੰਗ ਰੂਪ ਤੋਂ ਬਿਨਾ ਤੇ ਲੀਡਰੀ ਨਾ ਹੁੰਦੀ ਕਦੇ ਕੋਟ ਤੋਂ ਬਿਨਾ ਲੀਡਰੀ ਨਾ ਹੁੰਦੀ ਕਦੇ ਕੋਟ ਤੋਂ ਬਿਨਾ ਪਿਆਸ ਕਦੇ ਬੁਝਦੀ ਨਾ ਪਾਣੀ ਤੋਂ ਬਿਨਾ ਰਾਜਾ ਸਾਹਿਬ ਲਈ ਇੱਕ ਵਾਰ ਖੁੱਲ ਕੇ ਤਾੜੀ ਪਵਨ ਗੁਰੂ
ਪਾਣੀ ਪਿਤਾ ਮਾਤਾ ਧਰਤ ਮਹੱਤ ਤੇ ਸਾਡੀ ਵੱਧ ਕਿਸਮਤੀ ਹੈ, ਤਿੰਨੇ ਗੰਧਲੇ ਕਰ ਲਏ। ਮਹਾਰਾਜ ਕਿਰਪਾ ਕਰੇ, ਮੈਂ ਜ਼ਰੂਰ ਬੇਨਤੀ ਕਰੂੰਗਾ ਜਿੱਥੇ ਅਸ਼ਵਨੀ ਭਾਅ ਜੀ ਹੋਰੀ ਹੈ, ਬਹੁਤ ਵਧੀਆ ਉਪਰਾਲਾ ਕੀਤਾ ਅਤੇ ਆਹ ਬਰਸਾਤ ਦੇ ਦਿਨ ਚੱਲ ਰਹੇ ਆ, ਕੋਸ਼ਿਸ਼ ਕਰਿਓ ਹਰ ਬੰਦਾ ਇੱਕ ਬੂਟਾ ਲਾਉਣ ਦੀ, ਔਰ ਲਾਉਣਾ ਤਾਂ ਜੇ ਮੁੜ ਕੇ ਵੀ ਉਹਨੂੰ ਪਾਣੀ ਪਾਉਣਾ, ਇੱਦਾਂ ਨਹੀਂ ਫੋਟੋ ਫੇਸਬੁੱਕ 'ਤੇ ਪਾ ਲਈ ਜੀ ਮੈਂ ਅੱਜ ਬੂਟਾ ਲਾਇਆ। ਕੁਦਰਤ ਸਾਨੂੰ ਬਹੁਤ ਕੁਝ ਦੇ ਰਹੀ ਹੈ। ਜਦੋਂ ਕਿਸੇ ਨੂੰ ਵੈਂਟੀਲੇਟਰ 'ਤੇ ਹੋਸਪਿਟਲ ਕਹਿਣ ਨਾ ਪਏ 10,000 ਲਵਾਂਗੇ ਆਕਸੀਜਨ ਦੇਣ ਦਾ ਇੱਕ ਦਿਨ ਦਾ, ਅਤੇ ਉੱਦਣ ਪਤਾ ਲੱਗਦਾ ਇਹ ਅਰਬਾਂ ਦਾ ਯਾਰ ਆਕਸੀਜਨ ਕੁਦਰਤ ਤੋਂ ਲਈ ਗਏ ਅਤੇ ਇੱਕ ਬੂਟਾ ਵੀ ਨਹੀਂ ਸਰਿਆ ਸਾਰੀ ਜ਼ਿੰਦਗੀ। ਸੋ ਪਲੀਜ਼ ਕੁਦਰਤ ਬਹੁਤ ਕੁਝ ਦੇ ਰਹੀ ਹੈ, ਕੁਝ ਨਾ ਕੁਝ ਕੁਦਰਤ ਨੂੰ ਵਾਪਸ ਕਰਨ ਦੀ ਜੇ ਆਪਾਂ ਸਾਰੇ ਕੋਸ਼ਿਸ਼ ਕਰਾਂਗੇ, ਸਮਾਜ ਬਹੁਤ ਸੋਹਣਾ ਹੋ ਸਕਦਾ, ਪਰ ਕੋਸ਼ਿਸ਼ਾਂ ਸਾਡੀਆਂ ਹੋਣਗੀਆਂ। ਸਾਧਪੁਰਾ ਕਹਿੰਦੇ ਨੇ ਕੋਟ ਤੋਂ ਬਿਨਾ ਜੱਜ ਦੀ ਨਾ ਟਾਈ ਕਦੇ ਕੋਟ ਤੋਂ ਬਿਨਾ ਬਣੇ ਨਾ ਸਿਪਾਹੀ ਰੰਗ ਕੋਟ ਤੋਂ ਬਿਨਾ ਲੀਡਰੀ ਨਾ ਹੁੰਦੀ ਕਦੇ ਕੋਟ ਤੋਂ ਬਿਨਾ ਪਿਆਸ ਕਦੇ ਬੁਝਦੀ ਨਾ ਪਾਣੀ ਤੋਂ ਬਿਨਾ ਤੇ ਘਰ ਘਰ ਕਦੇ ਬੱਜੇ ਨਾ ਘਰਾਣੀ ਤੋਂ ਬਿਨਾ ਘੋੜਾ ਕਦੇ ਪੱਜੇ ਨਾ ਪੁਰਾਣੀ ਤੋਂ ਬਿਨਾ ਮੱਖਣੀ ਬਾਪੂ ਜੀ ਮੱਖਣੀ ਨਾ ਬਣਦੀ ਵਧਾਈ ਤੋਂ ਬਿਨਾ ਆਰ ਤੇ ਅਧੂਰੀ ਕੁੱਖ ਹਰੀ ਤੋਂ ਬਿਨਾ ਦਾ ਨਹੀਂ ਵਪਾਰ ਕਰ ਖਰੀ ਤੋਂ ਬਿਨਾ ਜਾਈ ਸੋਹਣੀ ਲੱਗਦੀ ਨਾ ਚਰੀ ਤੋਂ ਬਿਨਾ ਰੋਟੀ ਖੁਸ਼ ਹੁੰਦੀ ਨਹੀਂ ਆ ਬਰੀ ਤੋਂ ਬਿਨਾ ਔਰਤ ਨਾ ਜੱਚਦੀ ਬਈ ਬੁੱਤ ਤੋਂ ਬਿਨਾ ਵੱਧਦੀ ਨਾ ਬੋਲਤੀ ਬੁੱਤ ਤੋਂ ਬਿਨਾ ਮੇਵਾ ਮਿਲਦਾ ਨੀ ਕਦੇ ਸੇਵਾ ਤੋਂ ਬਿਨਾ ਸੁੱਖ ਕਦੇ ਮਿਲਦਾ ਨੀ ਦਇਆ ਤੋਂ ਬਿਨਾ ਫੁੱਲੀ ਵਾਲਿਆ ਗਰੀਬ ਦੁਖੀ ਅਣਜਾਣ ਤੋਰੋ ਪੁੱਛਿਆ ਏ ਡੂਮੇ ਵਾਲ ਗੱਲਾਂ ਸੱਚੀਆਂ ਸੁਣਾਉਂਦਾ ਏ ਡੂਮੇ ਵਾਲ ਗੱਲਾਂ ਸੱਚੀਆਂ ਸੁਣਾਉਂਦਾ ਏ। ਅਗਲਾ ਗੀਤ ਜਿਸ ਗੀਤ ਨੂੰ ਤੁਸੀਂ ਬਹੁਤ ਪਿਆਰ ਬਖਸ਼ਿਆ, ਬਾਬਾ ਕਿਹਾ ਕਹਿੰਦਾ ਗੱਲਾਂ ਜੀਆਂ ਪਾਈ ਜਾਂਦਾ 20 ਰੁਪਏ ਦਿੱਤੇ, ਬਾਬਾ ਜੀ 200 ਲੈ ਲਓ, ਤੇਰੇ ਸੁਣਦੀਆਂ ਗੱਲਾਂ ਨਹੀਂ ਆ ਤਾਂ ਜਾ ਸਕਦਾ ਵਧੀਆ। ਸਮਝ ਨਹੀਂ ਆ ਰਹੀ ਕੋਈ ਕਿਸੇ ਵੀ ਗੱਲ ਦੀ, ਹੁਣ ਭਰਾ ਤੂੰ ਤਾਂ ਭੁੱਖੀ ਖਾ ਕੇ ਆਇਆ, ਮੇਰੇ 'ਚ ਤਾਂ ਜਿੰਨੇ ਕੁ ਜ਼ੋਰ ਆ ਮੈਂ ਤਾਂ ਲਾਈ ਜਾ ਰਿਹਾ, ਕੋਈ ਨਹੀਂ ਮੀਂਹ ਲੱਗ ਲੈਣ ਦੇ, ਉਹ ਬੈਠੇ ਜੀ ਨਹੀਂ 2 ਲੱਖ ਗਿਣਾਇਆ, ਤੈਨੂੰ ਕੋਈ ਫਰਕ ਨਹੀਂ ਮੇਰਾ ਭਰਾ ਪੈਂਦਾ ਮੀਂਹ ਦਾ। ਹਾਂ ਕੋਸ਼ਿਸ਼ ਕਰਿਆ ਕਰੋ ਜਦੋਂ ਸਰੋਤਿਆਂ 'ਚ ਆਈਏ ਫਿਰ। ਥੈਂਕ ਯੂ ਭਾਅ ਜੀ, ਬਹੁਤ ਸਾਰਾ ਪਿਆਰ ਸਤਿਕਾਰ ਸਿਹਤਾਂ ਵੱਲ ਹੈ ਭਾਅ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਵੀਰ ਜੀ। ਇਹ ਮੇਰੀ ਪ੍ਰੋਬਲਮ ਹੈ, ਸਾਰੀ ਮੁਲਾਜ਼ਮ ਪਾਰਟੀ ਪਾਣੀ ਉਹ ਪਈ ਹੈ ਬੋਤਲ ਬਰਦਰ, ਥੈਂਕ ਯੂ ਸੋ ਮਚ, ਹਾਂ ਥੈਂਕ ਯੂ, ਨਹੀਂ ਜਿਹੜੇ ਆਉਂਦੇ ਉਹ ਹੀ ਲਵਾਂਗੇ, ਮੈਨੇਜਮੈਂਟ ਨੂੰ ਬੇਨਤੀ ਹੈ ਮੇਰੀ, ਹਾਂ ਥੈਂਕ ਯੂ, ਨਹੀਂ 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 ਬਾਹਰ ਨਹੀਂ ਕਿਸੇ ਨੂੰ, ਹੱਥ ਜੋੜ ਕੇ ਬੇਨਤੀ, ਕੋਈ ਨਹੀਂ ਪੁਲਿਸ ਵੱਲੋਂ ਹੱਥ ਜੋੜ ਕੇ ਬੇਨਤੀ ਹੈ, ਸਰੋਤੇ ਬਣ ਕੇ ਆਏ ਨਜ਼ਾਰੇ ਲਓ, ਕਲਾਕਾਰ ਨੇ ਗਾਉਣਾ ਹੁੰਦਾ ਪਰ ਮਾੜੀ ਜਿਹੀ ਗੱਲ ਤੋਂ ਮੋਹਰੇ ਹੁੰਦੇ ਟੋਕ ਟਕਾਈ ਹੋਈ ਜਾਵੇ ਨਾ ਤਾਂ ਬੰਦੇ ਨੂੰ ਲੱਗਦਾ ਯਾਰ ਨਹੀਂ ਮੈਂ ਤਾਂ ਆਪਣੇ ਵੱਲੋਂ ਪਰਫੈਕਟ ਦੇ ਰਿਹਾ, ਜੇ ਦੁਗਾਣਾ ਜੋੜੀ ਗਾਉਂਦੀ ਹੁੰਦੀ ਸ਼ਾਇਦ ਬਾਈ ਨਾ ਬੋਲਦਾ, ਕਿਉਂਕਿ ਹਰ ਇੱਕ ਦਾ ਲਹਿਜਾ ਉਸ ਤਰ੍ਹਾਂ ਦਾ, ਸੱਚ ਨੂੰ ਪਹੁੰਚਾਉਣਾ ਕਿਤੇ ਸੌਖਾ ਪਿਆ, ਬਹੁਤ ਔਖਾ, ਸੋ ਬਹੁਤ ਪਿਆਰ ਸਤਿਕਾਰ, ਕੋਈ ਨਹੀਂ ਬਾਈ ਹੋ ਸਕਦਾ ਆਪਣੇ ਨਾਲ ਬਹੁਤ ਵਧੀਆ ਹੋਵੇ ਬਟ ਕੋਸ਼ਿਸ਼ ਕਰੋ ਚੰਗਾ ਸੁਣਨ ਦੀ। ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ ਅਤੇ ਕੁੱਲੀਆਂ ਵਾਲੇ ਬਿਨਾਂ ਬਿਸਤਰੇ
ਸੁੱਤੇ ਵੇਖੇ ਨੇ। ਥੈਂਕ ਯੂ। ਜਰਦਾ ਗੱਲ ਕੋਈ ਮਾੜੀ ਮੋਟੀ ਨਹੀਂ, ਬੁੱਢੇ ਮਾਪੇ ਬਣ ਗਏ ਅੱਜ ਕੱਲ ਬੋਝ ਜਵਾਕਾਂ ਤੇ, ਬੁੱਢੇ ਮਾਪੇ ਬਣ ਗਏ ਅੱਜ ਕੱਲ ਬੋਝ ਜਵਾਕਾਂ ਤੇ। ਲੱਗੀ ਜੈ ਮਗਰ ਬੁੱਢੇ ਖਾਂਦੇ ਰੱਖੋ ਨੇ ਤੁਹਾਡੀ ਤੇ ਮੇਰੀ ਜ਼ਿੰਦਗੀ ਦਾ ਇੱਕ ਕੌੜਾ ਸੱਚ ਤੇ ਸਾਡੀ ਸਾਰਿਆਂ ਦੀ ਮੌਤ ਮੁਕਰਰ ਹੈ। ਅਸੀਂ ਸਾਰਿਆਂ ਨੇ ਇੱਕ ਦਿਨ ਮਰਨਾ ਹੈ, ਸੱਦਾ ਕਦੋਂ ਆਉਣਾ ਇਹ ਮਾਲਕ ਨੂੰ ਪਤਾ ਹੈ, ਪਰ ਇਹ ਕੌੜਾ ਸੱਚ ਹੈ। ਮਰਨ ਲਿਖਾਏ ਮੰਡਲ ਮੈਂ ਆਇਆ, ਕੋਈ ਅਰਬਾਂ ਦਾ ਮਾਲਕ ਸਾ ਲੈ ਭੁੱਲ ਨਹੀਂ ਸਕਦਾ, ਕੋਈ ਖਰਬਾਂ ਦਾ ਮਾਲਕ ਸਾ ਲੈ ਭੁੱਲ ਨਹੀਂ ਸਕਦਾ, ਰਿਸ਼ਤਾ ਕੋਈ ਵੀ ਭੁੱਲ ਨਹੀਂ ਸਕਦਾ, ਬੁਰਾ ਫਿਰ ਰਿਸ਼ਤਾ ਕੋਈ ਵੀ ਭੁੱਲ ਨਹੀਂ ਸਕਦਾ। ਮਾੜੇ ਤੇ ਮੁੰਡੇ ਦੌਰ ਜਦੋਂ ਮੈਂ ਚੱਲਦੇ ਬੰਦੇ ਤੇ ਜੋ ਦਿਲ ਦੇ ਨੇੜੇ ਮੇਰੇ ਸਾਰ ਦੇ ਬੱਤੇ ਬੱਤੇ ਨੇ ਪਾਵਰ ਵਿੱਚ ਹੁੰਦਾ ਏ ਹਾਲਾਤ ਨਹੀਂ ਪੁੱਛਦਾ, ਜਦ ਪਾਵਰ ਵਿੱਚ ਹੁੰਦਾ ਏ ਹਾਲਾਤ ਨਹੀਂ ਪੁੱਛਦਾ, ਜੋ ਲੋੜ ਖੂਨ ਵੀ ਪੈ ਜਾਏ ਬੰਦਾ ਜਾਤ ਨਹੀਂ ਪੁੱਛਦਾ, ਲੋੜ ਖੂਨ ਵੀ ਪੈ ਜਾਏ ਬੰਦਾ ਜਾਤ ਨਹੀਂ ਪੁੱਛਦਾ, ਆਖਿਰ ਮੂੰਹ ਤੇ ਖਾਲੀ ਹੱਥ ਹੀ ਆਪਣੇ ਟੈਮ ਚ ਰਾਜ ਦੁਨੀਆਂ ਨੇ ਲੁੱਟੇ ਬੈਠੇ ਨੇ ਖਾਣ ਗੋਲੀਆਂ।
ਕੀਤਾ ਜੀ। ਅਖਬਾਰ ਚ ਕੱਲ ਫੋਟੋ ਲੱਗੂ ਮੈਨੂੰ ਲੱਗਦਾ। ਠੀਕ ਹੈ। ਭੈਣਾਂ ਨੂੰ ਕੱਢਣ ਅੱਖਾਂ, ਭੈਣਾਂ ਨੂੰ ਕੱਢਣ ਅੱਖਾਂ, ਜੋ ਚੁੰਨੀਆਂ ਸਿਰ ਤੋਂ ਖਿਸਕਦੀਆਂ, ਆਪ ਮੋੜਾਂ ਤੇ ਖੜ ਕੇ ਪਾਉਂਦੇ ਬਾਤਾਂ ਇਸ਼ਕ ਦੀਆਂ। ਕਈ ਮੁਸੀਬਤ ਅਕਸਰ ਹੀ ਭੱਜ ਜਾਂਦੇ, ਅੱਜ ਨਾ ਦੇ ਕਰ ਪਾਏ ਮਹਿੰਗੇ ਉੱਠ ਕੇ ਬਸੇ ਨੂੰ। ਸਕਦਾ ਕੋਈ ਵੀ ਇਸ ਅਜਬ ਕਹਾਣੀ ਨੂੰ, ਸਮਝ ਨਹੀਂ ਸਕਦਾ ਕੋਈ ਵੀ ਇਸ ਅਜਬ ਕਹਾਣੀ ਨੂੰ। ਯਾਦ ਧੀਆਂ ਦੀ ਆਵੇ ਪੁੱਤ ਨਾ ਪੁੱਛਦੇ ਪਾਣੀ ਨੂੰ, ਯਾਦ ਧੀਆਂ ਦੀ ਆਵੇ ਪੁੱਤ ਨਾ ਪੁੱਛਦੇ ਪਾਣੀ ਨੂੰ। ਅੱਜ ਫੂਕੇ ਬਾਰੇ ਆਪੀ ਜਾਂਦੇ ਨੇ ਖੂਨ ਗਰੀਬਾਂ ਦਾ, ਅੱਜ ਫੂਕੇ ਬਾਰੇ ਆਪੀ ਜਾਂਦੇ ਨੇ ਖੂਨ ਗਰੀਬਾਂ ਦਾ। ਪਾਣੀ ਪੀਂਦੇ ਅੱਛੇ ਸੁੱਚੇ ਬਸੇ ਬੜੇ ਟੌਰ ਨਾਲ ਖਾਂਦੇ ਨਾ, ਮੈਂ ਲੈ ਬਈ ਮੈਂ ਡੋਮੀਨੋਜ਼ ਤੇ ਰੁਕਦਾ ਹਾਂ, ਮੈਂ ਦੋ ਪੀਜ਼ੇ ਖਾ ਜਾਂਦਾ, ਮੈਂ ਚਾਰ ਬਰਗਰ ਖਾ ਜਾਂਦਾ, 25 ਨਹੀਂ ਲੰਘਣਾ, 25 ਤੇ ਬਾਅਦ ਸ਼ੂਗਰ ਪੱਕੀ ਹੈ। ਜਿਹੜਾ ਮਹਾਰਾਜ ਮਿਹਰ ਕਰੇ ਲੋਕਾਂ ਨੂੰ, ਇਹ ਸੁਮੱਤ ਆਵੇ ਕਿ ਜਿਸ ਦਿਨ ਪੈਦਾ ਹੋਏ ਸੀ 2-2.5 ਕਿਲੋ ਸਰੀਰ ਮਿਲਿਆ ਸੀ,
ਆਖਰੀ ਸਾਹ ਤੱਕ ਜੇ ਕਿਸੇ ਚੀਜ਼ ਨੇ ਨਹੀਂ ਬਣਾ ਉਹ ਤਾਂ ਸਰੀਰ ਹੈ। ਦਾਰੂ ਤੇ ਬਾਪੂ ਲੱਖਾਂ ਗੀਤ ਆਉਂਦੇ ਆ, ਅਫੀਮ ਤੇ ਅੱਜ ਵੀ ਹਜ਼ਾਰਾਂ ਗੀਤ ਆ ਰਹੇ ਆ, ਭੁੱਕੀ ਤੇ ਗੀਤ ਆ ਰਹੇ ਆ, ਚਿੱਟੇ ਤੇ ਗੀਤ ਆ ਰਹੇ ਆ, ਪਰ ਭਰਾਵੋ ਰਿਜ਼ਲਟ ਇਹੀ ਹੈ। ਜਿੰਨੇ ਮਰਜ਼ੀ ਸਿਫਤਾਂ ਕਰ ਲੈਣ, ਦਾਰੂ ਮੈਂ ਪੀ ਕੇ ਇਹ ਕਰ ਲੈਂਦਾ, ਮੈਂ ਚਿੱਟਾ ਖਾ ਕੇ ਉੱਧਰ ਕਰ ਲੈਂਦਾ, ਇਹਦੀ ਇੱਕ ਲਿਮਿਟ ਹੈ। ਜੇ 70 ਸਾਲ ਭੋਗਣੀ ਤਾਂ 40ਆਂ 'ਚ ਲਟਕ ਜਾਊਂਗੇ, ਇਹ ਸੱਚਾਈ ਹੈ ਕੌੜੀ। ਇਸ ਕਰਕੇ ਜਿਹੜਾ ਪਿਓ ਸ਼ਾਮ ਨੂੰ ਜਵਾਕਾਂ ਦੇ ਸਾਹਮਣੇ ਆਪ ਪੈਗ ਲਾਉਂਦਾ ਹੋਵੇ, ਭੁੱਕੀ ਦੇ ਕਾਰਡ ਭਰ ਕੇ ਆਪ ਖਾਂਦਾ ਹੋਵੇ, ਤਾਂ ਉਹ ਆਪਣੀ ਔਲਾਦ ਨੂੰ ਕਦੋਂ ਰੋਕ ਸਕਦਾ ਹੈ? ਪਰ ਜਦੋਂ ਰਿਜ਼ਲਟ ਆਉਂਦੇ ਨਾ, ਮੋਹਰੇ ਜੰਮੇ ਹੋਏ ਦਾੜੀ ਫੜਨ ਲੱਗ ਪੈਣ, ਅਤੇ ਫਿਰ ਬੰਦਾ ਸੋਚਦਾ ਵੀ ਪੱਲੇ ਰਿਹਾ ਕੀ, ਪਰ ਦਿੱਤਾ ਕੁਝ ਨਹੀਂ ਜਵਾਕਾਂ ਨੂੰ। ਇਸ ਕਰਕੇ ਸਮੇਂ 'ਚੋਂ ਸਮਾਂ ਕੱਢ ਕੇ ਸਭ ਤੋਂ ਵੱਡੀ ਗੱਲ ਆਪਦੇ ਜਵਾਕਾਂ ਨੂੰ ਸੰਸਕਾਰ ਦਿਓ। ਕੋਸ਼ਿਸ਼ ਕਰੋ, ਜੇ ਤੁਸੀਂ ਆਪ ਵੀ ਕੋਈ ਨਸ਼ਾ ਲੈਂਦੇ ਹੋ, ਆਪਦੇ ਬੱਚੇ ਨੂੰ ਬਚਾ ਲਓ। ਮਹਾਰਾਜ ਮਿਹਰ ਕਰੇ, ਦਇਆ ਕਰੇ, ਕਿਉਂਕਿ ਸਾਰਾ ਕੁਝ ਸਰਕਾਰਾਂ ਨਹੀਂ ਕਰ ਸਕਦੀਆਂ। ਮੈਂ ਬਹੁਤ ਸਾਲ ਪੰਜਾਬੀ ਯੂਨੀਵਰਸਿਟੀ ਰਿਹਾ ਅਤੇ ਉੱਥੇ ਦੇ ਹਾਲਾਤ ਦੇਖਦੇ ਹਾਂ, ਜਿਨ੍ਹਾਂ ਨੂੰ ਘਰੋਂ, ਹੁਣ ਸਾਨੂੰ ਤਾਂ ਪਤਾ ਸੀ ਕਿ 2000 ਰੁਪਇਆ ਮਿਲਣਾ, ਇਹਦੇ ਨਾਲ ਸ਼ਾਇਦ ਡੇਢ ਮਹੀਨਾ ਕੱਢਣਾ ਪਵੇ 2000 ਨਾਲ, ਅਤੇ ਜਿਨ੍ਹਾਂ ਨੂੰ 10000 ਰੁਪਇਆ ਖਰਚਾ ਮਹੀਨੇ ਦਾ ਮਿਲਦਾ ਸੀ, ਉਹ ਮਾਲਵੇ ਤੋਂ ਇੱਧਰੋਂ ਫੀਮ ਦੀਆਂ ਡੱਬੀਆਂ ਮੰਗਵਾਉਂਦੇ ਹੁੰਦੇ ਸੀ, ਬੜੇ ਟੌਰ ਨਾਲ ਪਿਆ ਅਸੀਂ ਫੀਮ ਖਾਂਦੇ ਹਾਂ। 10 ਕੁ ਸਾਲ ਹੋਏ ਅਤੇ ਹੁਣ ਮਾਪੇ ਤਾਂ ਹਾਂ ਮਾਰ ਮਾਰ ਕੇ ਰੋਂਦੇ ਆ ਫੀਮ ਤੋਂ ਬਾਅਦ ਵਿੱਚ ਚਿੱਟਾ, ਅਤੇ ਪਿਓ ਵੀ ਅੱਜ 1.5 ਲੱਖ ਰੁਪਇਆ ਲੈ ਰਿਹਾ ਅਤੇ ਮਦਰ ਵੀ 1 ਲੱਖ ਰੁਪਇਆ ਲੈ ਰਹੀ, ਪਰ ਇੱਕ ਪੁੱਤ ਸੀ ਉਹ ਇਸ ਸਮੇਂ ਚਿੱਟੇ ਦੀ ਗਿਰਫ਼ 'ਚ ਹੈ, ਅਤੇ ਮਾਪੇ ਜਾਣ ਕਿੱਥੇ? ਪੈਸੇ ਨਾਲ ਗੱਲਾਂ ਨਹੀਂ ਹੋਣੀਆਂ। ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ, ਆਪਦੇ ਜਵਾਕਾਂ ਨੂੰ ਚੰਗੀ ਦਿਸ਼ਾ ਦਿਓ, ਆਪਦੇ ਜਵਾਕਾਂ ਲਈ ਸਮਾਂ ਜ਼ਰੂਰ ਕੱਢਿਓ। ਜਿਹਦੀ ਔਲਾਦ ਚੰਗੀ ਹੈ, ਪੈਸੇ 4 ਘੱਟ ਵੱਧ ਵੀ ਚੱਲ ਜਾਣਗੇ, ਮਾਲਕ ਮਿਹਰ ਕਰੇ, ਦਇਆ ਕਰੇ। ਹਾਂਜੀ ਬਹੁਤੀ ਹਾਂਜੀ ਹਾਂਜੀ ਕਰਨੇ ਵਾਲਾ ਚੰਗਾ ਨਹੀਂ ਹੁੰਦਾ। ਓਂਕਾਰ ਵੀਰ ਇਟਲੀ ਤੋਂ ਲੈ ਬਈ, 500 ਰੁਪਇਆ ਦੇ ਕੇ ਗਿਆ ਵੀਰ, ਤੇਰੇ 5 ਕਿਲੋ ਸੇਵ ਆ ਜਾਣੇ ਜਾ ਕੇ। ਬਹੁਤੀ ਹਾਂਜੀ ਹਾਂਜੀ ਕਰਨੇ ਵਾਲਾ ਚੰਗਾ ਨਹੀਂ ਹੁੰਦਾ, ਮੈਲੇ ਕੱਪੜਿਆਂ ਵਾਲਾ, ਮੈਲੇ ਕੱਪੜਿਆਂ ਵਾਲਾ ਵੀ ਕੋਈ ਚੰਗਾ ਨਹੀਂ ਹੁੰਦਾ, ਬਿਨਾਂ ਮਿੱਠੀ ਬੋਲੀ ਤੋਂ ਕੋਈ ਵੀ ਧੰਦਾ ਨਹੀਂ ਹੁੰਦਾ, ਤੇ ਬਿਨਾਂ ਕੌਣ ਕੌਣ ਲੱਖਿਆ ਅੱਜ ਕੱਲ੍ਹ ਇੱਕ ਦੂਜੇ ਨੂੰ ਵੇਖ ਜੋ ਰਹਿਣ ਸੜਦੇ, ਸਾਂਝੇ ਜੀਆਂ ਦਾ ਇੱਕੋ ਪਰਿਵਾਰ ਕਰਦਾ, ਜਿੱਥੇ ਵੱਡਿਆਂ ਦਾ ਨਹੀਂ ਸਤਿਕਾਰ ਹੁੰਦਾ, ਉੱਥੇ ਛੋਟਿਆਂ ਨੂੰ ਮਿਲਣਾ ਪਿਆਰ ਕਰਦਾ। ਅੱਜ ਇਹਨਾਂ ਗੀਤਾਂ 'ਚ ਗੈਂਗਾਂ ਦੀ, ਚਿੱਟੇ ਦੀ, ਦਾਰੂ ਦੀ ਗੱਲ ਹੁੰਦੀ, ਉਹਨਾਂ ਗੀਤਾਂ 'ਚ ਸੱਭਿਆਚਾਰ ਕਰਦਾ, ਅਖਾੜੇ ਵਿੱਚ ਜੋ ਲਾਈਵ ਨਹੀਂ ਗਾ ਸਕਦਾ, ਲੱਖੇ ਸਿਦਮਾ ਉਹ ਕਲਾਕਾਰ ਕਰਦਾ। ਅਗਲਾ ਗੀਤ ਦਾ ਨਾਂ ਹੈ ਜੀ ਮਿੱਠੇ ਕਰੇਲੇ। ਵੈਸੇ ਆ ਕਰੇਲਿਆਂ ਦੀ ਮੌਸਮ ਹੈ, ਸ਼ਾਇਦ ਤੁਹਾਡੇ ਇੱਧਰ ਮਿਲਦੇ ਹੋਣ, ਮੈਂ ਬੇਨਤੀ ਵੀ ਕਰੂੰਗਾ ਬੇਬੇ, ਕਰੇਲੇ ਜ਼ਰੂਰ ਖਾਣੇ ਚਾਹੀਦੇ ਇਹਨਾਂ ਦਿਨਾਂ 'ਚ ਜਿਨ੍ਹਾਂ ਨੂੰ ਸ਼ੂਗਰ ਦੀ ਪ੍ਰੋਬਲਮ ਹੈ ਜਾਂ ਨਹੀਂ ਵੀ ਹੈ। ਗੀਤ ਦਾ ਨਾਂ ਹੈ ਮਿੱਠੇ ਕਰੇਲੇ, ਇਕੱਲੀ ਇਕੱਲੀ ਗੱਲ ਸੁਣਨ ਵਾਲੀ ਤੁਹਾਡੀ ਨਜ਼ਰ। ਹਾਂਜੀ ਅਟਵਾਲ ਸਾਹਿਬ,
ਬੁਲਾਈਏ, ਮਿਲ ਜੇ ਸਰਦਾਰ ਕੋਈ ਹੱਥ ਬੰਨ ਕੇ ਫਤਿਹ ਬੁਲਾਈਏ, ਸਰਦਾਰ ਕੋਈ ਕਦੇ ਵੀ ਭੰਡੀ ਦੀ ਕਿਸੇ ਵੀ ਧੀਮ ਪਿਆਰ ਕੋਈ ਸਾਨੂੰ ਬਾਗ ਨਾ ਲਾਈਏ, ਮੇਰਾ ਪਾਣੀ ਦੋ ਕਿੱਥੇ ਗੱਡੀ ਚ ਲੈ ਕੇ ਆਓ, ਨਾਇਆ ਕਦੇ ਪਾਪ ਨਹੀਂ ਲੈਂਦੇ ਪਿੰਡਵਾਲੇ ਧੋਬੇ ਤੋਂ, ਨਾਇਆ ਕਦੇ ਪਾਪ ਨਹੀਂ ਲੈਂਦੇ ਪਿੰਡਵਾਲੇ ਧੋਬੇ ਤੋਂ, ਬੰਦੇ ਦੀ ਉਮਰ ਬੋਲਦੀ ਓਟੇ ਜਾ ਕੋਟੇ ਤੋਂ, ਬੰਦੇ ਦੀ ਉਮਰ ਬੋਲਦੀ ਓਟੇ ਜਾ ਕੋਟੇ ਤੋਂ, ਮਿੱਠੇ ਨਾ ਹੋਣ ਕਰੇਲੇ ਮਿੱਠੇ ਨਾ ਹੋਣ ਕਰੇਲੇ, ਚਾਣੀ ਵਿੱਚ ਡੋਬੇ ਤੋਂ ਆਦਤ ਨਾ ਸੌਖੀ ਬਦਲੇ ਹੋ, ਮਾਲਕ ਦੇ ਦਰ ਨੂੰ ਛੱਡ ਕੇ ਚੋਰੀ ਕਿਤੇ ਦੀਏ ਨਾ, ਖਾਈਏ ਨਾ ਹੱਕ ਕਿਸੇ ਦਾ ਆਪਣਾ ਕਦੇ ਛੱਡੀਏ ਨਾ, ਖਾਈਏ ਨਾ ਹੱਕ ਕਿਸੇ ਦਾ ਆਪਣਾ ਕਦੇ ਛੱਡੀਏ ਨਾ, ਗੱਭਰੂ ਕੋਈ ਪੁੱਤ ਕਿਸੇ ਦਾ ਗੱਭਰੂ ਕੋਈ ਪੁੱਤ ਕਿਸੇ ਦਾ, ਬਦਮਾਸ਼ੀ ਲਈ ਵੱਡੀਏ ਨਾ ਮਿਲਦੇ ਨਾ ਪੁੱਤ ਬਜ਼ਾਰੋਂ, ਜੂਠੇ ਨੀ ਹੱਥ ਕਦੇ ਵੀ ਪੌਣੇ ਨਾਲ ਪੂਜੀ ਦੇ, ਬੇਬੇ ਤੁਹਾਡੇ ਵਾਲੇ ਜ਼ਮਾਨੇ 'ਚ ਸੀਗਾ ਪੌਣਾ, ਜਿਹ 'ਚ ਪ੍ਰਸ਼ਾਦਾ ਲਪੇਟੀ ਦਾ ਸੀ ਬਣਾ ਕੇ, ਬੇਬੇ ਹੁਣ ਚੱਲ ਪਏ ਸਿਲਵਰ ਰੋਲ, ਹੁਣ ਲੋਕ ਕਹਿੰਦੇ ਅਸੀਂ ਪੜ੍ਹਦੇ ਗਏ ਪੌਣੇ ਵਾਲਾ ਕੰਮ ਨਹੀਂ ਕਰਨਾ, ਜਵਾਕ ਜਵਾਕ ਨੂੰ ਸਕੂਲ 'ਚ ਕੀ ਕਹਿਣਗੇ, ਕੱਪੜੇ 'ਚ ਲਪੇਟ ਕੇ ਭੇਜਦੀ ਰੋਟੀ, ਜੂਠੇ ਨੀ ਹੱਥ ਕਦੇ ਵੀ ਪੌਣੇ ਨਾਲ ਪੂੰਜੀ ਦੇ, ਰੱਖੀਏ ਲਈ ਖੁੱਪ ਖੁੱਪ ਕਾਣੇ ਘਰ ਵਾਲੀ ਪੂੰਜੀ ਦੇ, ਘਰ ਦੇ ਵਿੱਚ ਪਾਪ ਭੁਲਾ ਕੇ ਘਰ ਦੇ ਵਿੱਚ ਪਾਪ ਭੁਲਾ ਕੇ, ਮੁਰਗੇ ਨੀ ਚੂਲੀ ਦੇ ਚੱਕੀ ਹੋਈ ਅੱਖ ਪੂਰੀ ਹੈ, ਥੈਂਕ ਯੂ ਬਾਬਾ ਜੀ, ਇੱਕ ਦੇ ਦਿਓ ਇੱਕ ਰੱਖ ਲਓ, ਸਾਂਭ ਕੇ ਰੱਖੀਏ ਦੇ ਛੱਲੇ ਤੋਂ, ਸਿਆਣੇ ਕਹਿੰਦੇ ਸੀ ਪੈਸਾ ਗਿਆ ਕੁਝ ਨਹੀਂ ਗਿਆ, ਪਰ ਜੇ ਇੱਜ਼ਤ ਗਈ ਤਾਂ ਪੱਲੇ ਕੱਖ ਵੀ ਨਹੀਂ ਰਿਹਾ, ਪਰ ਅੱਜ ਦੀ ਸੱਚਾਈ ਹੈ ਭਾਵੇਂ ਸਾਡੀਆਂ ਭੈਣਾਂ ਹੈ ਸਾਡੇ ਵੀਰ ਹੈ, ਅਬਾਈ ਦੇ ਲਈ ਖੁੱਲ੍ਹ ਕੇ ਤਾੜੀਆਂ ਵੇ ਦੰਦਾਂ ਨਾਲ, ਸ਼ਾਬਾਸ਼ ਸ਼ਾਬਾਸ਼।
ਪਰ ਅੱਜ ਦੇ ਸਮੇਂ ਦੀ ਸੱਚਾਈ ਹੈ, ਮਾਪੇ ਕਹਿੰਦੇ ਕੁੜੀ ਦਾ ਇੰਸਟਾਗ੍ਰਾਮ 4 ਲੱਖ ਫੋਲੋਅਰ ਹੈ, ਸਾਡੀ ਕੁੜੀ ਨੂੰ ਪੈਸੇ ਆਉਣੇ ਚਾਹੀਦੇ ਹੋ, ਅੱਧ ਨੰਗਲੇ ਕੱਪੜੇ ਪਾਈ ਜਾਵੇ, ਜਿਹੜੇ ਮਰਜ਼ੀ ਗੀਤਾਂ 'ਤੇ ਡਾਂਸ ਕਰੀ ਜਾਵੇ, ਇਹ ਅੱਜ ਦੀ ਰਿਐਲਿਟੀ ਹੈ। ਸਰਦਾਰਾਂ ਦੀ ਧੀਆਂ ਦਾ ਸੱਚ ਹੈ। ਸਿਆਣੇ ਕਹਿੰਦੇ ਸੀ ਪੈਸਾ ਗਿਆ ਕੁਝ ਨਹੀਂ ਗਿਆ, ਇੱਜ਼ਤ ਗਈ ਤਾਂ ਕੱਖ ਨਹੀਂ ਰਿਹਾ, ਅਤੇ ਹੁਣ ਕਹਿੰਦੇ ਪੈਸਾ ਆਉਣਾ ਚਾਹੀਦਾ, ਇੱਜ਼ਤ ਦੀ ਕੋਈ ਗੱਲਬਾਤ ਨਹੀਂ। ਲੋਕ ਕਹਿੰਦੇ ਬਹੁਤ ਪੜ੍ਹ ਲਿਖ ਗਏ, ਮਾਡਰਨ ਹੋ ਗਏ, ਜ਼ਮਾਨੇ ਨਾਲ ਭੱਜ ਲਿਆ ਸੀ, ਢੱਠੇ ਖੂਹ 'ਚ ਜਾਵੇ ਅਸੀਂ ਤਰੱਕੀ। ਪਿਆਰੇ ਵੀਰ ਹਰਪ੍ਰੀਤ ਸਿੰਘ ਜੀ, ਬਹੁਤ ਸਾਰਾ ਸਤਿਕਾਰ, ਪਿਆਰੇ ਇੱਕ ਵਾਰ ਖੋਲ ਕੇ ਤਾੜੀ ਭਾਜੀ ਹੋਰਾਂ ਦੇ ਨਾਮ, ਥੈਂਕ ਯੂ ਮਹਾਰਾਜ, ਤੰਦਰੁਸਤੀਆਂ ਬਖਸ਼ੇ। ਜਾਨੋ ਵੱਧ ਸਾਂਭ ਕੇ ਰੱਖੀਏ ਇੱਜ਼ਤਾਂ ਦੇ ਛੱਲੇ ਨੂੰ, ਮਰਦੇ ਤੱਕ ਸਾਥ ਨਵਾਈਏ ਫੜੀਏ ਜੇ ਪੱਲੇ ਨੂੰ, ਮਰਦੇ ਤੱਕ ਸਾਥ ਨਵਾਈਏ ਫੜੀਏ ਜੇ ਪੱਲੇ ਨੂੰ, ਕੱਲੀਏ ਨਾ ਦੇਸ ਬਾਹਲੇ, ਕੱਲੀਏ ਨਾ ਦੇਸ ਬਾਹਲੇ, ਭੁੱਲ ਕੇ ਪੁੱਤ ਪੱਲੇ ਨੂੰ, ਮਾਪਿਆਂ ਦਾ ਰੋਗ ਗਰੀਬਾਂ ਦੇ ਜਵਾਕਾਂ ਨੂੰ ਅੱਧੀ ਦਰਜਨ ਕੇਲਿਆਂ ਦੀ ਦੇ ਕੇ, ਇੰਸਟਾਗ੍ਰਾਮ 'ਤੇ ਵੀ ਅਸ਼ਮੀ ਭਾਜੀ ਫੋਟੋ ਪਾਊਗਾ, ਫੇਸਬੁੱਕ 'ਤੇ ਵੀ, ਸਨੈਪਚੈਟ 'ਤੇ ਮੇਰਾ ਪਤਾ ਲੱਗ ਗਿਆ, ਅੱਜ ਮੈਂ ਬਹੁਤ ਵੱਡਾ ਦਾਨੀ ਬਣ ਗਿਆ। ਇੱਕ ਪ੍ਰੈਕਟੀਕਲ ਵੀ ਕਰਕੇ ਦੇਖਿਓ, ਜਿਹੜਾ ਜੋ ਵੀ ਤੁਹਾਨੂੰ ਮਹਾਰਾਜ ਨੇ ਰੋਜੀ ਰੋਟੀ ਦਿੱਤੀ ਆ, ਉਹਦਾ ਦਸਵੰਧ ਕਦੇ ਇੱਦਾਂ ਕਰਕੇ ਲਾ ਕੇ ਦੇਖਿਓ ਕਿ ਆਹ ਹੱਥ ਨਾਲ ਜਿੱਦਾਂ ਸਿਆਣੇ ਕਹਿੰਦੇ ਸੀ ਇਹਦੇ ਨਾਲ ਕੀਤਾ, ਇਹਨੂੰ ਨਾ ਪਤਾ ਲੱਗੇ, ਉਹਦੇ ਰਿਜ਼ਲਟ ਦੇਖਿਓ। ਤੁਹਾਨੂੰ ਦੇਣ ਵਾਲਾ ਸਭ ਨੂੰ ਮਾਲਕ ਹੈ, ਸਭ ਮੰਗਤੇ ਹੈ, ਪੈਦਾ ਹੋਣ ਤੋਂ ਪਹਿਲੇ ਰੋਜੀ ਰੋਟੀ ਦਾ ਬੰਦੋਬਸਤ ਉਹਨੇ ਕਰਕੇ ਭੇਜਿਆ ਸਭ ਨੂੰ, ਪਰ ਜਿਹੜਾ ਫਿਰ 5% ਲਾਵੇ ਮਾਲਕ 95% ਮੋੜਦਾ। ਪਰ ਮੋਸਟਲੀ ਹੁਣ ਇੱਦਾਂ ਚੱਲਦਾ ਵੀ ਗਰੀਬਾਂ ਦੀਆਂ ਵੀਡੀਓ ਦਿਖਾ ਦਿਖਾ ਕੇ ਅਤੇ ਬਾਹਰੋਂ ਪੈਸੇ ਮੰਗਵਾਏ ਜਾਂਦੇ, ਅਤੇ 30% ਉੱਧਰ ਅਤੇ 70% ਆਪਣੀ ਜੇਬ 'ਚ, ਇਹ ਪ੍ਰੋਬਲਮ ਹੈ ਸਾਰੇ ਇੱਕੋ ਤਰ੍ਹਾਂ ਦੇ ਨਹੀਂ, ਪਰ ਇਹ ਰਿਐਲਿਟੀ ਹੈ ਅੱਜ ਦੇ। ਹੱਥਾਂ ਵਿੱਚ ਕੈਮਰਿਆਂ ਨਾਲ ਹੁੰਦੇ ਨਹੀਂ ਦਾਨ ਕਰੇ, ਆਟੇ ਦੀ ਥੈਲੀ ਦੇ ਕੇ ਵਰਨਾ ਭਗਵਾਨ ਕਦੇ, ਮਨ ਵਿੱਚ ਜੇ ਆਕੜ ਆ ਜੇ, ਮਨ ਵਿੱਚ ਜੇ ਆਕੜ ਆ ਜੇ, ਉਹ ਜਾਨੀ ਸ਼ਮਸ਼ਾਨ ਕਦੇ ਆਕੜ ਦੀ ਰਾਤ ਮਿਲੋਗੇ। ਥੈਂਕ ਯੂ ਭਾਅ ਜੀ, ਸਾਡੇ ਬਹੁਤ ਪਿਆਰੇ ਵੀਰ ਅਸ਼ਵਨੀ ਕੁਮਾਰ ਜੀ, ਉਹ ਕਹਿ ਕੇ ਗਏ ਆ ਕਿ ਕਵਰ ਕਰੇ ਵਾਲ ਨਾਲ ਜਿਹੜਾ ਤੁਹਾਡਾ ਜੂਟ ਆਇਆ ਸੀ ਵਿਰਾਸਤੀ ਸਵਾਲ, ਉਹ ਤੋਂ ਬਾਅਦ ਮੈਨੂੰ ਯਾਦ ਕਰਾ ਦਿਓ। ਥੈਂਕ ਯੂ। ਗਾਉਂਦੇ ਜੋ ਫਿਰਮ ਗਵਈਏ ਗਾਉਂਦੇ ਜੋ ਫਿਰਮ ਗਵਈਏ ਕੰਮੇ ਆਵੋ ਗਹਿਣੇ ਧਰਤੀ ਸੂਰ ਮੇ ਧੀਆਂ ਦੇ ਲੱਗ ਕਰੇ ਸੱਚੀਆਂ
ਇਹੀ ਦੇਵਾ ਜੀ ਪਹਿਲਾਂ ਪਹਿਲਾਂ ਸਫੈਦ ਜੇ ਬਿਜਨਸ ਕਰਨਾ ਕਰੀ ਤਾਂ ਆਪਣੇ ਪੈਸੇ ਨਾਲ ਮੈਂ ਜਦ ਵੀ ਪੁੱਛਾਂ ਮੇਰੀ ਬੇਬੇ ਇਹੋ ਸਲਾਹ ਦਿੰਦੀ ਬਗਾਨੀ ਪੌੜੀ ਤੋਂ ਚੜ ਹੁੰਦਾ ਨਹੀਂ ਚੁਗਾਰੇ ਤੇ ਆਪਣੀ ਹੋਵੇ ਪੌੜੀ ਸਿਖਰ ਪਹੁੰਚਾ ਦਿੰਦੀ ਜੇ ਛਾਲ ਮਾਰਨੀ ਛਾਲ ਮਾਰਨੀ ਪਰਖੋ ਆਪਣੇ ਪੱਟਾਂ ਨੂੰ ਬਗਾਨੀ ਹੱਲਾ ਸ਼ੇਰੀ ਲੱਕ ਤਲਵਾਰ ਦੀ ਸਾਰੇ ਘਰ ਪਹੁੰਚੀ ਜਾਂ ਚੱਕ ਚੱਕ ਤੇ ਕੀ ਭੇਜੇ ਜੋ ਐਸੀ ਤੀਵੀ ਘਰ ਨੂੰ ਨਰਕ ਬਣਾ ਦੀ ਜੇ ਦੁੱਧ ਵਿਗੜ ਜਾਏ ਤਾਂ ਉਹ ਬਣ ਪਨੀਰ ਜਾਂਦਾ ਵਿਗੜ ਜਾਵੇ ਘਰ ਵਾਲੀ ਕਤਲ ਤਲਾਲ ਦੀ ਫਿਰ ਵੀ ਗੱਲ ਮਿਲ ਜਾਏ ਮੱਖਣ ਬਰਾੜ ਤਾਈ ਫਿਰ ਡੂਮੇ ਵਾਲ ਦੀ ਆਵਾਜ਼ ਪੂਰ ਮੇ ਬਾਜ ਦੀ ਰੱਖੋ ਦੂਜਾ ਸਵੈਦ ਵਿਰਾਸਤੀ ਸਵਾਲ ਜਿਸ ਗੀਤ ਨੂੰ ਤੁਸੀਂ ਬਹੁਤ ਪਿਆਰ ਬਖਸ਼ਿਆ ਦੀ ਵਿਕੀ ਸੀ ਹੋਜ ਭਾਰੀਆਂ ਦੀ ਕਿੰਨੀ ਦੇਰ ਟਿਕੀ ਸੀ ਆਪੇ ਨਾ ਕੰਨਾਂ ਦੇ ਕੇ ਤੇ ਪਾਸੀ ਚਲਾ ਪੀਆਂ ਦਾਦੋ ਗੋਰੀਆਂ ਦੀ ਗੌਰ ਮੈਂਟ ਲਿਖੀ ਸੀ ਉਹ ਕਿਨੇ ਆਖਿਆ ਖਾਨਾਂ ਨੂੰ ਭਾਬੀ ਆਪਣੀ ਉਹ ਕਿਨੇ ਕਰਵਾ ਧਿਆਨ ਨੇ ਮੱਥੇ ਚੜਿਆ ਕਦੇ ਪੜਿਓ ਪੜਿਓ ਜੋਰਾਵਰ ਕੌਣ ਸੀ ਜਿਹਦੇ ਡਰੋਂ ਨਾ ਤੁੱਕ ਚੀਨਾ ਪੜਿਓ ਜੋਰਾਵਰ ਕੌਣ ਸੀ ਪੜਿਓ ਜੋਰਾਵਰ ਕੌਣ ਸੀ ਚਮਿੰਦੇ ਦੋ ਸੌ ਗੂਗਲ ਤੇ ਸਰਚ ਕਰਿਓ ਚਮਿੰਦੇ ਦਾ ਜੋ 200 ਪਠਾਣਾ ਦੇ 20 ਬੀਬੀਆਂ ਨੇ ਆਹੂ ਲਾ ਦਿੱਤੇ ਸਾਡਾ ਇਤਿਹਾਸ ਹੈ ਮਹਾਰਾਜ ਮਿਹਰ ਕਰੇ ਦਇਆ ਕਰੇ ਤੇ ਉਹੀ ਵਿਰਾਸਤ ਮੁੜ ਕੇ ਅੱਜ ਫਿਰ ਸਾਡੀਆਂ ਭੈਣਾਂ ਸਾਡੀਆਂ ਧੀਆਂ ਅਡੋਪਟ ਕਰਨ ਉਹ ਯੁੱਧ ਨੀਤੀ ਹਥਿਆਰਾਂ ਦੀ ਸਿਖਲਾਈ ਤੇ ਹੁਣ ਧੀਆਂ ਉਹ ਭਾਵੇਂ ਕੋਈ ਵੀ ਸਟੇਟ ਹੋਵੇ ਗੁੱਸਾ ਨਾ ਕਰਿਓ ਅੱਜ ਧੀਆਂ ਸੇਫ ਨਹੀਂ ਇਸ ਮੁਲਕ 'ਚ ਮਹਾਰਾਜ ਮੇਅਰ ਕਰੇ ਲੋਕਾਂ ਦੀ ਸੋਚ ਵੱਡੀ ਹੋਵੇ ਬੀਬੀਆਂ ਚਮਿੰਡੇ ਦੋ ਸੌ ਪੰਨੇ ਫੋਲ ਕੇ ਤਾਂ ਵੇਖੋ ਇਤਿਹਾਸ ਦੇ ਕਿਹੜੀ ਗੱਲਾਂ ਕੀਤੇ ਹਮਲੇ ਤੇ ਰਾਮ ਗੜੀਏ ਨੇ ਕਿੱਥੇ ਤੇਗਾ ਮਾਰੀਆ ਖੋ ਕੇ ਗਜਨੀ ਤੋਂ ਖੋ ਕੇ ਗਜਨੀ ਤੋਂ ਕਿਵੇਂ ਕਦੇ ਪੜਿਓ ਕੋਈ ਕਿਵੇਂ ਘਰੋ ਘਰੀ ਤੋਰੀਆਂ ਗਜਨੀ ਤੋਂ ਕਿਵੇਂ ਕਦੇ ਪੜਿਓ ਗਜਨੀ ਤੋਂ ਕਿਵੇਂ ਕਦੇ ਪੜਿਓ ਆਹ
ਪਹਿਲਾਂ ਸੀ ਬੀਬਰੇ ਜੇ ਭੋਲੇ ਮੰਗਲ ਪਾਂਡੇ ਹੋਵੇ ਜਿਹਦੇ ਕਾਦੂਸ ਚੱਪੇ ਨਾ ਸੀ ਬੀਬਰੇ ਜੋੜੇ ਰਾਜੇ ਨੇ ਅਨਾ ਅੱਜ ਚੁੱਕ ਸਿਰ ਤੇ ਘਰੇ ਸੁੱਟਿਆ ਸੀ ਬੁੱਢੜੇ ਗਰੀਬ ਨੇ ਸੱਚਾ ਸੁੱਟ ਕੇ ਕੁਵਰ ਕਿਵੇਂ ਮਾਰਿਆ ਤੇ ਫੌਜਾਂ ਹਰੀ ਦੇ ਮੰਦਰ ਕਿਨਾ ਚਾੜੀਆਂ ਉਹ ਕਿਨਾ ਲਈਆਂ ਪ੍ਰਧਾਨਗੀਆਂ ਦੱਸੋ ਜਦੋਂ ਰੋਲਦੇ ਸੀ ਦਿੱਲੀ ਕੇਸੋ ਲਈਆਂ ਪ੍ਰਧਾਨਗੀਆਂ ਦੱਸੋ ਲਈਆਂ ਪ੍ਰਧਾਨਗੀਆਂ ਦੱਸੋ ਬਾਬਾ ਜੀ ਸਤਿ ਸ਼੍ਰੀ ਅਕਾਲ ਨਾਂ ਨਹੀਂ ਦੱਸਿਆ ਤੁਸੀਂ ਆ ਜਾਓ ਇੱਕ ਮਿੰਟ ਨਹੀਂ ਪੈਸੇ ਜ਼ਿਆਦਾ ਮੇਰੀ ਗੱਲ ਸੁਣੋ ਇੱਕ ਵਾਰ ਨਹੀਂ ਮੇਰੀ ਨਹੀਂ ਗੱਲ ਸੁਣ ਲਓ ਮੰਨ ਲਓ ਸਾਡੇ ਤਾਂ ਵਧਣੀਆਂ ਗੱਲ ਤਾਂ ਸੁਣੋ ਮੇਰੀ ਪੈਸਾ ਬਣਾਉਣਾ ਬਹੁਤ ਔਖਾ ਅੱਜ ਕੱਲ੍ਹ ਚਲੋ ਅਗਲੀ ਵਾਰ ਸਹੀ ਵੀ ਮੈਂ ਤਾਂ ਹੀ ਨਾਂ ਪੁੱਛਣਾ ਸੀ ਮੈਂ ਇੱਕ ਕਿਹੜਾ ਹੋਰ ਲਾ ਕੱਲੇ ਸਿੰਘ ਨੇ ਪਵਿੱਤ ਦੀਪ ਮੱਲਿਆ ਕੈਚ ਛੁੱਟੇ ਤਾਂ ਗਦਾਰ ਸਾਨੂੰ ਆਖਦੇ ਇੱਕੋ ਕੁਰਸੀ ਥਰਾਜ ਵਾਲੇ ਜੇ ਜੀਨੀ ਬਾਰਡਰਾਂ ਤੇ ਕਿਸੇ ਤੋਂ ਡਰ ਰਹੇ ਹੈ ਨਾ ਤੇ ਆਹ ਪੰਜਾਬ ਦੀ ਜਵਾਨੀ ਹੈ ਸੱਚ ਜਾਣਿਓ ਇੱਕੋ ਕੁਰਸੀ ਥਰਾਜ ਵਾਲੇ ਵਾਲਿਆ ਉਹ ਸੀਨੇ ਕਿੰਨਿਆਂ ਦੇ ਬੋਲੀਆਂ ਮਰਾ ਗਈਆਂ ਜਿਹਨੂੰ ਮੰਗਵਾ ਥਾਣੇਦਾਰ ਅਸ਼ਵਨੀ ਕੁਮਾਰ ਜੀ ਉਹਨਾਂ ਦੇ ਨਾਮ ਭਾਜੀ ਹੋਰਾਂ ਵੱਲੋਂ ਬਹੁਤ ਸਾਰਾ ਸਤਿਕਾਰ ਪਿਆ ਵਾਹ ਵਾਹ ਯਾਰੀਆਂ ਆਵਾਜ਼ ਰਹਿਣ ਬਈ ਇੱਕੋ ਕੁਰਸੀ ਥਰਾਜ ਵਾਲੇ ਵਾਲਿਆ ਸੀਨੇ ਕਿੰਨਿਆਂ ਦੇ ਬੋਲੀਆਂ ਮਰਾ ਦੀਆਂ ਜਿਹਨੂੰ ਮੰਗਵਾ ਸਾਈਕਲ ਨਹੀਂ ਸੀ ਮਿਲਦਾ ਉਹਨੇ ਗੱਡੀਆਂ ਟਰੈਕ ਤੇ ਸਾਈਕਲ ਨਹੀਂ ਸੀ ਮਿਲਦਾ ਸਾਈਕਲ ਨਹੀਂ ਸੀ ਮਿਲਦਾ ਮੰਗਵਾ ਸਾਈਕਲ ਨਹੀਂ ਸੀ ਮਿਲਦਾ ਕੋਈ ਗੱਲ ਚੰਗੀ ਲੱਗੀ ਤਾੜੀਆਂ ਮਾਰ ਲੈਣੀਆਂ ਚਾਹੀਦੀਆਂ ਉੱਪਰੋਂ ਇੰਦਰ ਦੇਵਤਾ ਨੇ ਵੀ ਥੋੜ੍ਹੀ ਜਿਹੀ ਅਸ਼ਵਨੀ ਭਾਜੀ ਛਤਰ ਛਾਇਆ ਕਰ ਦਿੱਤੀ ਮਾਹੌਲ ਠੰਡਾ ਹੋ ਗਿਆ ਚਲੀਏ ਜੀ ਪਿੱਛੇ ਗੀਤ ਆਇਆ ਸੀ ਤੁਸੀਂ ਬੜਾ ਪਿਆਰ ਦਿੱਤਾ ਉਸ ਗੀਤ ਨੂੰ ਕਿ ਪੱਗਾਂ ਦੀ ਨਾ ਲੱਗੇ ਕਦੇ ਸੇਲ ਮਿੱਤਰਾ ਤੇ ਚੁੰਨੀਆਂ ਚੁੰਨੀਆਂ ਦੇ ਕਦੇ ਕੋਈ ਬ੍ਰਾਂਡ ਨਹੀਂ ਜੀਵਨ ਸਿੰਘ ਭਾਜੀ ਬਹੁਤ ਸਾਰਾ ਪਿਆਰ ਸਤਿਕਾਰ ਥੈਂਕ ਯੂ ਭਾਜੀ ਗੰਨੇ ਬਿਨਾਂ ਆਗ ਨਹੀਂ ਹੁੰਦਾ ਲਓ ਇਹਦੇ ਬਾਅਦ
ਲਓ ਲਓ ਗੰਨਾ ਹੁਣੇ ਪਕਾ ਦਿੰਦੇ ਆਪਾਂ। ਥੈਂਕ ਯੂ ਭਾਜੀ ਜੀਵਨ ਭਾਜੀ, ਥੈਂਕ ਯੂ ਸੋ ਮਚ। ਇਟਲੀ ਵਾਲਾ ਵੀਰਾ ਫੇਰ ਬਹੁਤ ਸਾਰਾ ਪਿਆਰ ਸਤਿਕਾਰ ਦੇ ਕੇ ਗਿਆ, ਥੈਂਕ ਯੂ। ਆਓ ਜੀ ਮੋਬਾਈਲ ਤਾਂ ਸੁਣਾਉਣ ਵਾਲੀਆਂ ਜੀ, ਤੁਹਾਡੇ ਕੋਲ ਮੋਬਾਈਲ ਹੈਗਾ ਬੇਬੇ? ਹੈਗਾ? ਇੰਸਟਾਗ੍ਰਾਮ ਚਲਾਉਣੇ ਕਿ ਨਹੀਂ? ਇੰਸਟਾਗ੍ਰਾਮ ਨਹੀਂ ਚਲਾਉਂਦੇ? ਸ਼ੁਕਰ ਹੈ ਮਹਾਰਾਜ ਦਾ ਬੇਬੇ, ਸ਼ੁਕਰ। ਨਹੀਂ ਤਾਂ ਐਨਕ ਲੱਗੀ ਹੋਣੀ ਸੀ ਬੇਬੇ ਇਸ ਉਮਰ 'ਚ। ਸ਼ੁਕਰ ਹੈ ਮਹਾਰਾਜ ਦਾ ਬੇਬੇ, ਬਾ ਫੋਨ ਸੁਣਨ ਵਾਸਤੇ ਹੀ, ਨਹੀਂ ਤਾਂ ਹੁਣ ਕੋਈ ਨਹੀਂ ਬੇਬੇ ਕਹਿ ਸਕਦਾ ਮੈਂ ਵਿਹਲਾ ਹੈ। 600-700 ਦਾ 3 ਮਹੀਨੇ ਦਾ ਪੈਕ ਮਿਲ ਜਾਂਦਾ ਸਾਰੀ ਦਿਨ। ਮੇਰੀ ਬੇਬੇ ਕਹਿੰਦੀ ਹੁੰਦੀ ਜਦੋਂ ਫੋਨ ਫੜ, ਕਹਿੰਦੀ ਪੁੱਤ ਲਾਪੇ ਮੱਖੀਆਂ ਮਾਰਨ ਵਿੱਚੋਂ। ਸੋ ਮੈਂ ਬੇਨਤੀ ਵੀ ਕਰੂੰਗਾ ਛੋਟੇ ਛੋਟੇ ਬੱਚਿਆਂ ਨੂੰ, ਸਰਦਾਰ ਜੀ ਫੋਨ ਦੇਖ ਲੈਣੇ ਕਿ ਨਹੀਂ, ਗੇਮਾਂ ਖੇਡਣੇ ਕਿ ਨਹੀਂ ਫੋਨ 'ਚ? ਤੁਹਾਨੂੰ ਪੁੱਛ ਰਿਹਾ ਸਰਦਾਰ ਜੀ, ਬੱਚਿਆਂ ਨੂੰ ਬਚਾ ਲਓ ਜੇ ਫੋਨ ਤੋਂ। ਆਉਣ ਵਾਲੇ 5 ਸਾਲਾਂ 'ਚ ਮੇਰੀ ਅੱਜ ਗੱਲ ਯਾਦ ਰੱਖਿਓ, ਨਸ਼ਾ ਛਡਾਊ ਕੇਂਦਰ ਨਹੀਂ ਮੋਬਾਈਲ ਛਡਾਊ ਕੇਂਦਰ ਖੋਲਣਗੇ 5 ਸਾਲਾਂ 'ਚ, ਇਹ ਗੱਲ ਯਾਦ ਰੱਖਿਓ। ਜੇ ਆਪਾਂ ਅਵੇਅਰ ਨਾ ਹੋਏ, ਜਿਹਨਾਂ ਦਾ ਬਿਜ਼ਨਸ ਚੱਲਦਾ ਉਹਨਾਂ ਨੂੰ ਮੁਬਾਰਕ ਹੈ, ਉਹ 2 ਫੋਨ ਵੀ ਰੱਖਣ, ਅਤੇ ਜਿਹਨਾਂ ਦਾ ਕੋਈ ਬਿਜ਼ਨਸ ਨਹੀਂ ਉਹ ਹਿੱਕਾਂ ਠੋਕ ਕੇ ਜਾਂਦੇ, ਕਹਿੰਦੇ ਜੀ ਮੇਰੇ ਮੋਬਾਈਲ 'ਚ 108 ਵਟਸਐਪ ਗਰੁੱਪ ਹੈ, ਕੋਈ ਗੱਲ ਹੋਵੇ ਦੱਸੋ ਤਾਂ ਸਹੀ। ਆਈ ਤਾਂ ਲੋਰੀਆਂ ਮੋਬਾਈਲ ਤਾਂ ਸੁਣਾਉਣ ਵਾਲੀਆਂ, ਭੁੱਲ ਜਾਣ ਮਾਮਾ ਓਏ ਪੁੱਤ ਸ਼ੇਰ ਹੋਣਗੇ, ਤਾਕਤਾਂ ਦੀ ਡੋਸ ਜਿਹੜੇ ਚਿੱਟਾ ਦੱਸ ਦੇ, ਚਿੱਟਾ ਦੱਸ ਦੇ ਉਹ ਖੇਡ ਕੇ ਮੈਦਾਨ ਮਿੱਟੀ ਢੇਰ ਹੋਣਗੇ, ਜੰਗ ਦਾ ਮੈਦਾਨ ਸਿੱਧਾ ਕਰੇ ਫੈਸਲੇ, ਸਰਦਾਰਾਂ ਦੇ ਫਿਨਾਲੇ ਕੋਈ ਗਰੈਂਡ ਨਹੀਂ ਹੁੰਦੇ, ਪੱਗਾਂ ਦੀ ਨਾ ਲੱਗੇ ਕਦੇ ਸੇਲ ਮਿੱਤਰਾ, ਤੇ ਚਿੜੀਆਂ ਦੇ ਕਦੇ ਕੋਈ ਗਰੈਂਡ ਨਹੀਂ ਹੁੰਦੇ, ਪੱਗਾਂ ਦੀ ਨਾ ਲੱਗੇ ਕਦੇ ਸੇਲ ਮਿੱਤਰਾ, ਤੇ ਚਿੜੀਆਂ ਦੇ ਕਦੇ ਕੋਈ ਗਰੈਂਡ ਨਹੀਂ ਹੁੰਦੇ। ਥੈਂਕ ਯੂ ਬੇਬੇ, ਮਹਾਰਾਜ ਤੰਦਰੁਸਤੀ ਦੇਵੇ ਮੇਰੀ ਮਾਂ ਨੂੰ। ਵਧੀਆ ਬੇਬੇ, ਥੈਂਕ ਯੂ, ਧੰਨਵਾਦ ਮੇਰੀ ਮਾਂ ਦਾ। ਬਾਜ ਬੰਦ ਹੁੰਦਾ ਜਿਹਨਾਂ ਅੱਖਾਂ 'ਚ ਨਿਸ਼ਾਨਾ, ਉਹ ਕਰਦੇ ਨਹੀਂ ਫੋਲੋ ਕਦੇ, ਕੁੜੀ ਦਾ ਬਾਹਰ ਨੀਤੀ ਜੀ ਨੂੰ ਮਿਲੀ ਗੁੜਤੀ 'ਚ, ਸ਼ੋ ਕਰਦੇ ਨਹੀਂ ਸ਼ੂਟ ਕੇਸ਼ਨਾ, ਬੰਨਿਆ ਅੰਬਰਾਂ 'ਚ ਉੱਡਦੇ ਪਰਿੰਦਿਆਂ ਦੇ, ਭਾਜੀ ਪੰਮਿਆਂ ਓਏ ਅੰਬਰਾਂ 'ਚ ਉੱਡਦੇ ਪਰਿੰਦਿਆਂ ਦੇ, ਚੇਤੇ ਰੱਖੀ ਕਦੇ ਵੀ ਗੁਆਂਢ ਨਹੀਂ ਹੁੰਦੇ, ਉਹ ਪੱਗਾਂ ਦੀ ਨਾ ਲੱਗੇ ਕਦੇ ਸੇਲ ਸੋਹਣਿਆ, ਤੇ ਚੁੰਨੀਆਂ ਦੇ ਕਦੇ ਕੋਈ ਬ੍ਰਾਂਡ ਨਹੀਂ ਹੁੰਦੇ, ਕਿੱਪਿਆਂ ਤੋਂ ਕਿੱਡੀ ਉੱਚੀ ਪੈਂਟ ਚੱਕ ਕੇ, ਪੈਂਟ ਚੱਕ ਕੇ ਕਦੇ ਅਕਲਾਂ ਦੇ ਲੈਵਲ ਉੱਪਰ ਹੁੰਦੇ ਨਹੀਂ, ਕਰਾ ਕੇ ਅਤੇ ਲਤਾਂ ਸੁੱਟ ਕੇ ਸੋਹਣੇ ਸਰਦਾਰ ਕਦੇ ਹੁੰਦੇ ਨਹੀਂ, ਸੁੱਖ ਚੈਨ
ਕੱਲ ਨੂੰ ਚਲਾਈ ਬੋਚ ਕੇ ਕੇਰਾ ਘੜੇ ਕਿਰਦਾਰ ਮੁੜ ਸ਼ਾਂਗ ਨਹੀਂ ਹੁੰਦੇ ਪੱਗਾਂ ਦੀ ਨਾ ਲੱਗੇ ਕਦੇ ਸੇਰ ਮਿੱਤਰਾ ਤੇ ਚੁੰਨੀਆਂ ਦੇ ਕਦੇ ਕੋਈ ਜਰੈਂਡ ਨਹੀਂ ਹੁੰਦੇ। ਅਗਲਾ ਗੀਤ ਪਿੱਛੇ ਆਇਆ ਸੀ ਤੁਸੀਂ ਬੜਾ ਪਿਆਰ ਦਿੱਤਾ ਦੂਜਾ ਸਫੈਦ ਬ੍ਰਦਰ ਨਰਕਾਂ ਚ ਸੀਟ ਇੱਧਰ ਜਿਹੜੇ ਵੀਰ ਬੈਠੇ ਇੱਧਰ ਉਤਾਂਹ ਚੱਲਣ ਕੁਰਸੀਆਂ ਤਾਂ ਖਤਮ ਹਨ। ਅੱਛਾ ਇੱਧਰ ਸਾਰੀ ਜਗ੍ਹਾ ਬੀਬੀਆਂ ਲਈ ਹੈ ਜਿਹੜੇ ਮੇਰੇ ਇੱਧਰ ਵੀਰ ਹੈ ਵੀਰ ਹੈ ਪ੍ਰਸ਼ਾਸਨ ਵੱਲੋਂ ਤੁਹਾਨੂੰ ਬੇਨਤੀ ਹੈ ਇੱਧਰ ਜਿੱਥੇ ਵੀ ਥਾਂ ਮਿਲਦਾ ਜਾ ਉੱਥੇ ਬੀਬੀਆਂ ਮੇਲਾ ਦਾ ਹੋਰ ਆ ਰਹੀਆਂ ਸੁਸਨਿਮਰ ਬੇਨਤੀ ਹੈ ਪਿੱਛੋਂ ਨਰਕਾਂ ਸੀ ਹਾਂਜੀ ਹਾਂਜੀ ਪਾਟੇ ਪਹੁੰਚੇ ਇਹ ਤੋਂ ਬਾਅਦ ਹਾਂਜੀ ਡੇਢ ਸੌ ਦੇ ਕਾਰਸ ਤੋਂ ਖਿਆਲ ਇਹ ਤੋਂ ਬਾਅਦ ਸੁਣਾ ਦੇਣ ਥੈਂਕ ਯੂ ਆਓ ਪਿਆਰ ਦੀ ਮੰਜ਼ਿਲ ਵੱਲੇ ਉਹ ਤੁਰਦੇ ਯਾਦ ਯਾਰ ਨੇ ਰਸਤੇ ਵਿੱਚ ਪਰਖੇ ਜਾਂਦੇ ਕਬਰੂ ਮੁਟਿਆਰ ਨੇ ਜੋ ਖੱਟੀ ਹੈ ਉਹਦੀ ਤਾਂ ਸੀਖ ਰਹੇ ਉਹਦੀ ਤਾਂ ਸੀਖ ਰਹੇ ਉਹਦੀ ਤਾਂ ਸੀਖ ਮਿੱਤਰ ਨੂੰ ਮੰਨਿਆ ਜਾਂਦਾ ਮੈਂਬਰ ਪਰਿਵਾਰ ਦਾ ਉਹਨੇ ਜੇ ਉਸੇ ਘਰ ਤੇ ਆ ਮੈਲੀ ਅੱਖ ਰੱਖੀ ਹੈ ਉਹਦੀ ਤਾਂ ਸੀਟ ਭਰਾਵੇ ਉਹਦੀ ਤਾਂ ਸੀਟ ਭਰਾਵੇ ਉਹਦੀ ਤਾਂ ਸੀਟ ਮਾਪਿਆਂ ਨੂੰ ਫੁੱਲਾਂ ਵਾਂਗੂ ਸਰਵਣ ਪੁੱਤ ਰੱਖਦੇ ਨੇ ਮਾਪਿਆਂ ਦੀ ਸੇਵਾ ਕਰਦੇ ਅੱਕਦੇ ਨਾ ਥੱਕਦੇ ਨੇ ਜਿਹੜਾ ਪਰ ਮਾਪਿਆਂ ਤਾਈ ਜਿਹੜਾ ਪਰ ਮਾਪਿਆਂ ਤਾਈ ਓਏ ਸੁੱਟਦਾ ਥਾਂ ਤੱਤੀ ਹੈ ਉਹਦੀ ਤਾਂ ਸੀਟ ਭਰਾਵੇ ਉਹਦੀ ਤਾਂ ਸੀਟ ਭਰਾਵੇ ਉਹਦੀ ਤਾਂ ਸੀਟ ਭਰਾਵੇ ਲੋਕਾਂ ਨੂੰ ਜਿਹੜਾ ਹਾਕਮ ਲੁੱਟਦਾ ਤੇ ਪੁੱਟਦਾ ਹੈ ਪੀ ਕੇ ਜੋ ਖੂਨ ਉਹਨਾਂ ਦਾ ਬੁੱਲੇ ਖੁਦ ਮੁੱਟਦਾ ਹੈ ਜਨਤਾ ਨੂੰ ਵੱਲ ਗਰੀਬੀ ਉਹ ਜਾਂਦਾ ਜੋ ਧੱਕੀ ਹੈ ਉਹ
ਪਿਤਾ ਸੀ ਪਰਾਏ ਪਿਤਾ ਸੀ ਪਰਾਏ ਪਿਤਾ ਸੀ ਕੁਝ ਹੋਰ ਹੈ ਬਾਬਾ ਅੰਦਰੋਂ ਕੁਝ ਹੋਰ ਹੈ ਐਸਾ ਜੋ ਸਾਧ ਸ਼ਮਲਿਆ ਹੁੰਦਾ ਉਹ ਚੋਰ ਹੈ ਉੱਤੋਂ ਕੁਝ ਹੋਰ ਹੈ ਬਾਬਾ ਧੀਏ ਤੂੰ ਕਹਿੰਦੇ ਤਾਂ ਮੈਂ ਆਪਣੇ ਪੁੱਤ ਨੂੰ ਆ 200 ਦੇ ਦਾ ਦੇਖੋ ਤੂੰ ਅੱਜ ਦੇਖ ਲਓ ਕੈਸੀ ਲੈਣ ਲੋਕ ਬੱਚਿਆਂ ਨੂੰ ਦਿੰਦੇ ਮੈਂ ਇਹਨਾਂ ਤੋਂ ਹੀ ਫੜੀ ਜਾਂਦਾ ਉੱਤੋਂ ਕੁਝ ਹੋਰ ਹੈ ਬਾਬਾ ਅੰਦਰੋਂ ਕੁਝ ਹੋਰ ਹੈ ਐਸਾ ਜੋ ਸਾਧ ਸ਼ਮਲਿਆ ਹੁੰਦਾ ਉਹ ਚੋਰ ਭਗਤਾਂ ਨੂੰ ਲੁੱਟਣ ਵਾਲੀ ਥੈਂਕ ਯੂ ਬਾਬਾ ਜੀ ਤੁਸੀਂ ਇਕੱਲੀ ਇਕੱਲੀ ਗੱਲ ਬੜੇ ਪਿਆਰ ਨਾਲ ਸੁਣੀ ਥੈਂਕ ਯੂ ਭਗਤਾਂ ਨੂੰ ਲੁੱਟਣ ਵਾਲੀ ਉਹ ਜਿਵੇਂ ਅੱਤ ਚੁੱਕੀ ਹੈ ਉਹ ਵੀ ਤਾਂ ਸੀਤ ਪਰਾਏ 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 ਇੱਥੇ ਭਾਜੀ ਹੋਰੀ ਆ ਫਰਮਾਇਸ਼ ਕਰਕੇ ਗਏ ਸੀ ਕਹਿੰਦੇ ਗੰਨੇ ਵਾਲਾ ਗੀਤ ਲਾ ਦਿਓ ਹਾਂ ਕਿਹੜਾ ਗੀਤ ਬ੍ਰਦਰ ਅੱਛਾ ਸ਼ੇਰ ਨਹੀਂ ਹੁੰਦਾ ਲਓ ਵਿਆ ਲਓ ਬ੍ਰਦਰ ਸ਼ੇਰ ਨਹੀਂ ਜੰਗਲ ਤਾਂ ਨਹੀਂ ਇੱਧਰ ਆਉਣਾ ਸ਼ੇਰ ਨਿਕਲਿਆ ਕਿਤੇ ਸਾਡਾ ਪਿਆਰਾ ਵੀਰ ਜਿਹਨਾਂ ਦਾ ਲਿਖਿਆ ਇਹ ਗੀਤ ਹੈ ਆਓ ਜੀ ਮਿੰਟੂ ਗੁਰੂ ਸਰੀਆ ਸ਼ੇਰ ਨਹੀਂ ਹੁੰਦਾ ਆ ਜਾਓ ਭਾਜੀ ਚਲੋ ਜੀ ਊੜਾ ਐੜਾ ਈੜੀ ਸੱਸਾ ਸ਼ੇਰ ਨਹੀਂ ਹੁੰਦਾ ਚਾਰ ਬੰਦੇ
ਠੋਸ ਸਾਥੀ ਹੁੰਦੀ ਵੀਰੇ ਮੈਦ ਕੱਟਣੀ ਸਾਥੀ ਹੁੰਦੀ ਵੀਰੇ ਮੈਦ ਕੱਟਣੀ ਤੂੰ ਵਸਾਦੇ ਚੱਲੇ ਕਾਰ ਤੂੰ ਸੁਣਾ ਕਿਲੇ ਚ ਕਰਮਵੀਰ ਵੀਰ ਬਹੁਤ ਪਿਆਰ ਨਾਲ ਸੁਣ ਰਿਹਾ, ਥੈਂਕ ਯੂ। ਤੇਰੇ ਵੱਲੋਂ ਬਹੁਤ ਐਨਰਜੀ ਆ ਰਹੀ ਬ੍ਰਦਰ, ਸਾਰੇ ਪੱਤਰਕਾਰ ਵੀਰਾਂ ਨੂੰ ਬਹੁਤ ਸਾਰਾ ਸਤਿਕਾਰ ਪਿਆਰ। ਮਹਾਰਾਜ ਕਿਰਪਾ ਕਰੇ ਹਮੇਸ਼ਾ ਤੁਹਾਨੂੰ ਬਲ ਸੱਚ ਨੂੰ ਲਿਖਣ ਦਾ ਬਖਸ਼ਿਸ਼ ਕਰੇ ਗੁਰੂ ਸਾਹਿਬ। ਅਗਲਾ ਗੀਤ ਤੁਸੀਂ ਉਸ ਗੀਤ ਨੂੰ ਬੜਾ ਪਿਆਰ ਦਿੱਤਾ, ਆਪਣੇ ਮੱਖਣ ਬਰਾੜ ਵੀਰ ਦਾ ਲਿਖਿਆ ਹੋਇਆ। ਹਾਂਜੀ ਹਾਂਜੀ ਸਭ ਐਬ ਪਛਾਨਣ ਲੋਕਾਂ ਦੇ ਤੇ ਆਪਣੇ ਐਬ ਲੁਕਾਉਂਦੇ ਆ, ਕੋਈ ਰੋਂਦਾ ਨਹੀਂ ਬਗਾਨਿਆਂ ਨੂੰ, ਸਭ ਆਪਣਿਆਂ ਨੂੰ ਰੋਂਦੇ ਆ। ਸਭ ਐਬ ਪਛਾਨਣ ਲੋਕਾਂ ਦੇ ਤੇ ਆਪਣੇ ਐਬ ਲੁਕਾਉਂਦੇ ਆ। ਨਿਕਲੇ ਜਦੋਂ ਗਵਾਂਢੀ ਦੀ ਆਖਣਗੇ ਪੰਡ ਸੀ ਪਾਪਾ ਦੀ, ਜੇ ਆਪਣੀ ਕਿੰਨਰੇ ਉੱਠ ਜਾਵੇ ਫਿਰ ਆਖਣਗੇ ਮਰਜ਼ੀ ਜਵਾਬਾਂ ਦੀ। ਮਾੜੇ ਨੂੰ ਕਤਲ ਕਰਾ ਦਿੰਦੇ ਤਕੜੇ ਲਈ ਹਾਰ ਪਰੋਂਦੇ ਆ, ਉੱਧਰ ਰੋਂਦਾ ਨਹੀਂ 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 ਬਗਾਨਿਆਂ ਨੂੰ, ਸਭ ਆਪਣਿਆਂ ਨੂੰ। ਪਾਪੇ ਹੋਏ ਲੀੜਿਆਂ ਵਿੱਚੋਂ ਦੀ ਵੇਖਣਗੇ ਹਾਲ ਗਰੀਬੀ ਦਾ, ਆਪਣੀ ਵੀ ਧੁੰਨੀ ਨੰਗੀ ਐ ਫਿਰ ਆਖਣਗੇ ਫੈਸ਼ਨ ਬੀਬੀ ਦਾ। ਉਹ ਜਦ ਆਪਣੇ ਸਿਰ
ਫਿਰ ਸੁੱਤੇ ਉੱਠ ਖਲੋਂਦੇ ਆ। ਕੋਈ ਰੋਂਦਾ ਨਹੀਂ ਬਗਾਨਿਆਂ ਨੂੰ, ਉਹ ਸਭ ਆਪਣਿਆਂ ਨੂੰ ਰੋਂਦੇ ਆ। ਤੇਰੀ ਮਾਂ ਨੇ ਅਕਲ ਨਾ ਦਿੱਤੀ ਨੀ ਜੋ ਤੂੰ ਆਪਣੀ ਨੂੰ ਕਹਿੰਦੇ ਨੇ। ਬਾਬਾ ਜੀ ਬਹੁਤ ਮਿਹਰਬਾਨੀ, ਧੰਨਵਾਦ। ਤੇਰੀ ਮਾਂ ਨੇ ਅਕਲ ਨਾ ਦਿੱਤੀ ਨੀ। ਬੇਬੇ ਤਾਂ ਹੁੰਦਾ ਨਾ ਕਈ ਵਾਰ ਵੋਟੀ ਨਾਲ ਜਦੋਂ ਲੜਾਈ ਹੋ ਜਾਵੇ, ਤੇਰੇ ਜਾਣਦਿਆਂ ਨੇ ਕੁਝ ਨੀ ਸਿਖਾਇਆ। ਏਦਾਂ ਸੱਸਾਂ ਕਈ ਵਾਰ ਕਹਿੰਦੀਆਂ, ਬੇਬੇ ਬੇਬੇ ਜਾਣਦਿਆਂ ਨੇ ਕੁਝ ਨੀ ਦੱਸਿਆ। ਤੇਰੀ ਮਾਂ ਨੇ ਅਕਲ ਨਾ ਦਿੱਤੀ ਨੀ ਜੋ ਨੂੰ ਆਪਣੀ ਨੂੰ ਕਹਿੰਦੇ ਨੇ। ਧੀ ਲੜਕੇ ਆ ਗਈ ਸੋਹਿਆਂ ਦਾ, ਤੇ ਉਹਨੂੰ ਬੁੱਕਲ ਦੇ ਵਿੱਚ ਲੈਂਦੇ ਨੇ। ਲੋੜ ਪਈ ਤੇ ਮੱਖਣ ਵਰਾੜਾ ਵੇ ਰਾੜਾ ਵੇ, ਦੂਮੇ ਵਾਲੀ ਆਵੇ ਬਾਪ ਬਣਾਉਂਦੇ ਆ। ਕੋਈ ਰੋਂਦਾ ਨਹੀਂ ਬਗਾਨਿਆਂ ਨੂੰ, ਸਭ ਆਪਣਿਆਂ ਨੂੰ ਰੋਂਦੇ ਆ, ਆਪਣਿਆਂ ਨੂੰ ਰੋਂਦੇ ਆ, ਆਪਣਿਆਂ ਨੂੰ ਰੋਂਦੇ ਆ। ਕੋਈ ਗੱਲ ਸਮਝ ਆਈ ਤਾਂ ਤਾੜੀ ਮਾਰ ਲੈਣੀ ਚਾਹੀਦੀ, ਬੜੀ ਮਿਹਰਬਾਨੀ। ਧੱਕੇ ਖਾ ਕੇ ਬੰਦਾ ਬਣਦਾ ਤੇ ਪੋਤਿਆਂ ਵਾਲੀ ਮਾਈ ਹੈ। ਪੱਗਾਂ ਹਾਂ, ਇਹ ਤੋਂ ਬਾਅਦ ਥੈਂਕ ਯੂ ਬ੍ਰਦਰ, ਐਨਕ ਬਹੁਤ ਸੋਹਣੀਆਂ ਲਾਈਆਂ ਮੇਰੇ ਭਰਾਵਾਂ ਨੇ। ਆਓ ਜੀ, ਧੱਕੇ ਖਾ ਕੇ ਬੰਦਾ ਬਣਦਾ ਤੇ ਪੋਤਿਆਂ ਵਾਲੀ ਮਾਈ, ਤਾੜੀ ਮਾਰ ਕੇ ਭਗਤ ਬਣ ਜਾਂਦਾ ਵਾਲ ਕੱਟ ਕੇ ਨਾਈ, ਹੋਕਾ ਦੇ ਕੇ ਹਾਕਰ ਬਣਦਾ ਸਬਜ਼ੀ ਵੇਚ ਕੇ ਭਾਈ, ਹਲਵਾ ਕੇ ਤੇ ਜੱਟ ਬਣ ਜਾਂਦਾ ਘਾਹ ਖੋਟ ਕੇ ਕਾਹੀ, ਹੱਥ ਦੇਖ ਕੇ ਬ੍ਰਾਹਮਣ ਬਣਦਾ ਤੇ ਲੱਡੂ ਵੱਟ ਹਲਵਾਈ, ਮਾਮਾ ਵਿਆਹ ਕੇ ਬਣਦੀ ਮਾਮੀ, ਵੀਰ ਵਿਆਹ ਭਰਜਾਈ ਓ ਚੰਦਰੀ ਦੁਨੀਆਂ ਦੀ, ਇੱਥੇ ਸਮਝ ਕਿਸੇ ਨਾ ਪਾਈ ਓ ਚੰਦਰੀ ਦੁਨੀਆਂ ਦੀ। ਕਲ ਯੁਗ ਦਾ ਏ ਬੁਰਾ ਜ਼ਮਾਨਾ, ਮੈਂ ਗੱਲ ਕਹਾਂ ਸਵਾ ਮਨ ਦੀ। ਸਰਦਾਰ ਜੀ ਇੱਕ ਮਨ ਚ ਕਿੰਨੇ ਕਿਲੋ ਹੁੰਦੇ ਆ? ਹੈਂਜੀ ਕਹਿੰਦੇ ਤੁਹਾਨੂੰ ਹੀ ਪਤਾ, ਤੁਸੀਂ ਪੈਸੇ ਲਏ ਇੱਥੋਂ ਆਵਾਜ਼ ਆਈ ਸੀ। ਹੈਂਜੀ ਖੜਾ ਹੋ ਇੱਕ ਵਾਰ ਮੇਰਾ ਵੀਰ, ਇਹਦੇ ਨਾਂ ਤੇ ਖੁੱਲ ਕੇ ਤਾੜੀਆਂ ਬਈ। ਵਾਕਈ ਇੱਕ ਮਨ 40 ਕਿਲੋ, ਸਵਾ ਮਨ 50 ਕਿਲੋ ਹੋ ਗਿਆ। ਥੈਂਕ ਯੂ, ਇਨਾਮ ਦੇਣਾ ਬਣਦਾ ਤੈਨੂੰ ਬਈ। ਕਲ ਯੁਗ ਦਾ ਏ ਬੁਰਾ ਜ਼ਮਾਨਾ, ਮੈਂ ਗੱਲ ਕਹਾਂ ਸਵਾ ਮਨ ਦੀ, ਜਿਹੜੀ ਵਿੱਚ ਕਜੋਰੀ ਸੜ ਜੇ ਕੀ ਕੀਮਤ ਉਸ ਧਨ ਦੀ, ਜਿਹੜੀ ਛੱਤ ਨੂੰ ਸਿਉਂਕ ਹੀ ਖਾ ਜੇ ਕੀ ਬੁਨਿਆਦ ਉਸ ਖਣ ਦੀ, ਤੇ ਜਿਹੜੇ ਬੰਦੇ ਦੀ ਕੱਬੀ ਜਨਾਨੀ, ਜਿਹੜੇ ਬੰਦੇ ਦੀ ਕੱਬੀ ਜਨਾਨੀ ਸਾਰੇ ਮੇਰੇ ਵੱਲ ਵੇਖ ਕੇ ਵੈਸੇ ਹੱਸਦੇ, ਮੇਰੇ ਤਾਂ ਪਹਿਲਾਂ ਤੋਂ ਵਜਨ ਇੰਨੇ ਆ ਭਾਜੀ 37 ਕਿਲੋ। ਇੱਕ ਮੈਨੂੰ ਬੰਦਾ ਕਹਿੰਦਾ ਤੁਹਾਡੀ ਇਹ ਬਿਲਕੁਲ ਗਲਤ ਹੈ ਗੱਲ। ਮੈਂ ਕਿਹਾ ਕੀ ਗੱਲ ਹੋਇਆ? ਕਹਿੰਦਾ ਸਾਨੂੰ ਪਤਾ ਹੈ ਸਾਡੀ ਮਾਤਾ ਦਾ ਸੁਭਾਅ
ਬਹੁਤ ਕੌੜਾ ਹੈ ਤੇ ਸਾਡੇ ਭਾਪੇ ਦਾ ਵਜ਼ਨ ਤਾਂ 1 ਕੁਇੰਟਲ 25 ਕਿਲੋ ਹੈ। ਮਖਾਂ ਵੀ ਆਪਣੇ ਭਾਪੇ ਨੂੰ ਮਲਾਈ, ਉਹ ਸੱਚੀ ਬਲਾ ਚੌਰ ਦੀ ਗੱਲ ਹੈ, ਆਪਣੇ ਭਾਪੇ ਨੂੰ ਲੈ ਆ। ਕਹਿੰਦਾ ਇਹ ਹੈ ਮੇਰੇ ਭਾਪਾ ਜੀ, ਉਹਨੂੰ ਨੇ ਬਾਪੂ ਨੂੰ ਨਹੀਂ ਦੱਸਿਆ ਗੱਲ ਕੀ ਹੈ। ਮੈਨੂੰ ਸੇ ਕਹਿੰਦੇ, ਮੈਂ ਪੁੱਛਿਆ ਮਖਾਂ ਅੰਕਲ ਜੀ ਸਿਹਤ ਤਾਂ ਠੀਕ ਹੈ? ਉਹ ਕਹਿੰਦਾ ਕਾਹਦੀ ਠੀਕ ਹੈ, ਸ਼ੂਗਰ ਹੈ। ਮੈਂ ਇਹਨੂੰ ਫਿਰ ਮਲਕ ਦੇਣੀ ਕੰਨ 'ਚ ਕਿਹਾ, ਮਖਾਂ ਭਰਾ ਕਈ ਵਾਰ ਸਿਹਤ ਨਹੀਂ ਬਣਦੀ, ਕਈ ਵਾਰ ਸ਼ੂਗਰ ਕਰਕੇ ਸਿਹਤ ਵੱਧ ਵੀ ਜਾਂਦੀ ਹੈ, ਡਰ ਕਰਕੇ ਸ਼ੂਗਰ ਹੋ ਗਏ, ਸ਼ੂਗਰ ਕਰਕੇ ਵਜ਼ਨ ਵੱਧ ਗਿਆ। ਥੈਂਕ ਯੂ ਥੈਂਕ ਯੂ ਅਸ਼ਵਨੀ ਕੁਮਾਰ ਭਾਜੀ ਹੋਰੀ, ਭਾਜੀ ਹੋਰਾਂ ਦਾ ਸ਼ੁਭ ਨਾਮ, ਭਾਜੀ ਤੁਹਾਡਾ ਸ਼ੁਭ ਨਾਮ, ਪਿੰਦਾ ਭਾਜੀ ਆਹ ਗੀਤ ਤੋਂ ਬਾਅਦ ਯਾਦ ਕਰਾ ਦਿਓ ਭਾਜੀ। ਕਹਿੰਦੇ ਫਿਰ ਲਾਇਆ 200 ਦੇ ਚੱਲੇ ਕਾਰਤੂਸ ਦਾ ਕਿੱਲੇ ਚ ਨਵੇੜ ਨਹੀਂ। ਥੈਂਕ ਯੂ ਇੱਕ ਵਾਰ ਫਿਰ, ਬਹੁਤ ਸਾਰਾ ਪਿਆਰ ਸਤਿਕਾਰ ਸਾਡਾ, ਬਹੁਤ ਪਿਆਰਾ ਵੀਰ ਔਰ ਇੱਥੇ ਅੱਜ ਕੱਲ੍ਹ ਬਤੌਰ ਇਸ ਥਾਣੇ 'ਚ ਸੇਵਾ ਨਿਭਾ ਰਹੇ ਆ ਸਰਵਜੀਤ ਭਾਜੀ, ਉਹਨਾਂ ਦੇ ਬਹੁਤ ਅਜੀਜ਼ ਹੈ ਅਤੇ ਮੈਨੂੰ ਵੀ ਜਦੋਂ ਇਹ ਪ੍ਰੋਗਰਾਮ ਬੁਕਿੰਗ ਹੋਇਆ ਭਾਜੀ ਹੋਰਾਂ ਨੇ ਹੁਕਮ ਲਾਇਆ ਸੀ ਸਾਡੇ ਪਿਆਰੇ ਵੀਰ, ਇੱਕ ਵਾਰ ਖੋਲ੍ਹ ਕੇ ਤਾੜੀਆਂ ਵੀਰ ਅਸ਼ਵਨੀ ਕੁਮਾਰ ਜੀ ਹੋਰਾਂ ਲਈ। ਮਾਲਕ ਮਿਹਰ ਕਰੇ, ਸੁਚੱਜੀ ਸੋਚ ਇਸੇ ਤਰ੍ਹਾਂ ਮਾਲਕ ਹੋਰ ਵਧਾਵੇ। ਪੰਜਾਂ ਚੋਂ ਪਰਮੇਸ਼ਰ ਘੱਟ ਗਿਆ, ਪੰਜਾਂ ਚੋਂ ਪਰਮੇਸ਼ਰ ਘੱਟ ਗਿਆ ਤੇ ਘੱਟ ਗਿਆ ਮੀਂਹ ਅਸਮਾਨੋਂ, ਤੱਕੜੀ ਵਾਲੇ ਬੋਲ ਘੱਟ ਗਏ ਤੇ ਘੱਟ ਗਏ ਬੋਲ ਜਵਾਨੋਂ, ਸਾਧਾਂ ਵਿੱਚੋਂ ਘਟੀ ਫਕੀਰੀ ਅੱਜ ਚੇਲੇ ਮਿਲਣ ਦੁਕਾਨੋਂ, ਉਸ ਬੰਦੇ ਦਾ ਉਹ ਲੱਖਿਆ ਕੀ ਜਿਉਣਾ, ਤੁਰ ਜੇ ਪੁੱਤ ਜਹਾਨੋ, ਜਿਹਦਾ ਤੁਰ ਜੇ ਪੁੱਤ ਜਹਾਨੋ। ਜਸਵੀਰ ਗੁਣਾ ਚੌਰੀਆ ਭਾਜੀ ਦਾ ਲਿਖਿਆ ਹੋਇਆ ਗੀਤ, ਤੁਸੀਂ ਬੜਾ ਪਿਆਰ ਦਿੱਤਾ, ਮਤਲਬ ਹੋਰ ਜਮਾਨਾ ਹੈ। ਹਾਂਜੀ ਹਾਂਜੀ, ਜਿਹਦਾ ਹੋ ਸਕਦਾ ਹੈ 99% ਸੱਚ ਹੋਵੇ ਕਿ ਜਦ ਕਮਰਾਸ ਕਿਸੇ ਦਾ ਆਵੇ ਜਰਿਆ ਨਾ ਲੋਕਾਂ ਤੋਂ ਜਾਵੇ, ਕਿੱਦਾਂ ਸੁੱਤੀਏ ਅੰਦਰੋਂ ਪੁੰਜੇ ਦੁਨੀਆ ਖੜੀ ਸਕੀਮਾ ਦੇਖ ਕੇ ਡਿੱਗਦੇ ਨੂੰ ਥੱਲੇ, ਦੇਖ ਕੇ ਡਿੱਗਦੇ ਨੂੰ ਥੱਲੇ ਜਮਾਨਾ ਏ।
ਦਾ ਸਾਥ ਦੇਖਣੇ ਨੂੰ ਦਿਲ ਦਾ ਜੋਸ਼ ਮਨਾਏ ਲੱਗਦਾ ਸਾਥ ਦੇਖਣੇ ਨੂੰ ਦਿਲ ਦਾ ਜੋਸ਼ ਮਨਾਏ ਹਰ ਕੋਈ ਆਪਣਾ ਫਾਇਦਾ ਕੱਢਦਾ ਰਿਸ਼ਤਿਆਂ ਵਿੱਚ ਕਰੋੜਾਂ ਮੈਂ ਨਹੀਂ ਸਮਾਂ ਬਲਰਾਜ ਜੀ ਥੈਂਕ ਯੂ ਸ਼ੇਰ ਦਾ ਪੰਜਾ ਬਹੁਤ ਸੋਹਣਾ ਪਾਇਆ ਥੈਂਕ ਯੂ ਮਹਿੰਦਰ ਪਾਈ ਹੈ ਪੰਨਿਆਂ ਪੁੱਛ ਤਸਵੀਰ ਦੇ ਕੋਲੋਂ ਵਕਤ ਪਏ ਕਮਿਆਂ ਦੇ ਬੁਰੇ ਲਿਖਦਾ ਗੁਣਾ ਬਚ ਕੇ ਰਹਿਣਾ ਹਾਂ ਬਾਬੇ ਮਤਲਬ ਸਾਥ ਦੇਖਣੇ ਮਤਲਬ ਮੁੱਕ ਜਾਂਦੇ ਸ਼ਹਿਰ ਨਹੀਂ ਮੁੱਕਦੇ ਵੱਟਾਂ ਵੱਡੀਆਂ ਕਦੇ ਨਹੀਂ ਮੁੱਕਦੇ ਨਹੀਂ ਮੁੱਕਦੇ ਸੱਪਾਂ ਵਿੱਚੋਂ ਮੁੱਕ ਜਾਂਦੇ ਨੇ ਸੱਪਾਂ ਵਿੱਚੋਂ ਮੁੱਕ ਜਾਂਦੇ ਨੇ ਮੁੱਕ ਜਾਂਦੇ ਪਿੰਡ ਮੁੱਕ ਜਾਂਦੇ ਸ਼ਹਿਰ ਨਹੀਂ ਮੁੱਕਦੇ ਵੱਟਾਂ ਵੱਡੀਆਂ ਓਏ ਕਦੇ ਵੈ ਨਹੀਂ ਮੁੱਕਦੇ ਨਹੀਂ ਮੁੱਕਦੇ ਸੱਪਾਂ ਵਿੱਚੋਂ ਸੱਪਾਂ ਵਿੱਚੋਂ ਮੁੱਕ
ਮੁੱਕ ਜਾਂਦੇ ਨੇ ਸੱਪਾਂ ਵਿੱਚੋਂ, ਸੱਪਾਂ ਵਿੱਚੋਂ ਮੁੱਕ ਜਾਂਦੇ ਨੇ, ਮੁੱਕ ਜਾਂਦੇ ਨੇ ਪਰ ਬੰਦਿਆਂ ਵਿੱਚੋਂ ਹਏ ਜੈਨ ਨਹੀਂ ਮੁੱਕਦੇ, ਮੁੱਕਦੇ ਬੰਦਿਆਂ ਵਿੱਚੋਂ ਜੀ। ਅਗਲਾ ਗੀਤ ਅਸ਼ਵਨੀ ਭਾਜੀ ਹੋਰੀ ਕਿਹਾ ਸੀ ਸ਼ੇਰ ਨਹੀਂ ਹੁੰਦਾ, ਇੱਕ ਵਾਰ ਫੇਰ ਆਓ ਭਾਜੀ। ਉਹ ਤੋਂ ਬਾਅਦ ਕਹਿਣੇ ਵਿੱਚ ਪੁੱਤ ਨਹੀਂ ਹੁੰਦੇ, ਵੱਡਿਆਂ ਸਰਦਾਰਾਂ ਦੇ ਜਿਸ ਗੀਤ ਨੂੰ ਤੁਸੀਂ ਬੜਾ ਪਿਆਰ ਦਿੱਤਾ ਤੁਹਾਡੀ ਨਜ਼ਰ। ਹਾਂਜੀ ਹਾਂਜੀ ਡਾਕਟਰ ਰੰਧਾਵਾ ਸਾਹਿਬ ਬਹੁਤ ਸਾਰਾ ਸਤਿਕਾਰ ਦੇ ਕੇ ਗਏ। ਡਾਕਟਰ ਸਾਹਿਬ ਥੈਂਕ ਯੂ, ਆ ਜਾਓ ਜੀ। ਸ਼ੇਰ ਨਹੀਂ ਹੁੰਦਾ, ਸ਼ੇਰ ਨਹੀਂ ਹੁੰਦਾ, ਸ਼ੇਰ ਨਹੀਂ ਹੁੰਦਾ, ਸ਼ੇਰ ਨਹੀਂ ਹੁੰਦਾ। ਚਾਰ ਬੰਦੇ ਵੇਖ ਜੋ ਮੈਦਾਨ ਛੱਡ ਜੇ, ਉਹਦੇ ਸ਼ੇਰ ਨਹੀਂ ਹੁੰਦਾ। ਚਾਰ ਬੰਦੇ ਵੇਖ ਜੋ ਮੈਦਾਨ ਛੱਡ ਜੇ, ਮਰਿਆ ਸ਼ਿਕਾਰ ਜਿਹੜਾ ਖਾਵੇ ਚੁੱਕ ਕੇ, ਮਰਿਆ ਸ਼ਿਕਾਰ ਜਿਹੜਾ ਖਾਵੇ ਚੁੱਕ ਕੇ। ਫੇਸਬੁੱਕ ਤੇ ਔਖੀ ਹੁੰਦੀ ਵੀਰੇ ਕੈਦ ਕੱਟਣੀ, ਔਖੀ ਹੁੰਦੀ ਵੀਰੇ ਕੈਦ ਕੱਟਣੀ, ਢੂੜ ਸੌਦੇ ਚੱਲੇ ਕਾਰਤੂਸ ਦਾ ਕਿਲੇ ਚ, ਮਰਿਆ ਸ਼ਿਕਾਰ ਜਿਹੜਾ ਖਾਵੇ ਚੁੱਕ ਕੇ, ਸ਼ਿਕਾਰ ਜਿਹੜਾ ਖਾਵੇ ਚੁੱਕ ਕੇ। ਬਹੁਤਾਂ ਨਾ ਡਰਾਈਏ ਡਰੇ ਬੰਦੇ ਨੂੰ, ਗੈਰਤਾਂ ਦੀ ਗੱਡੀ ਵਿੱਚ ਮਿੱਠਿਆ, ਮਰਿਆ ਸ਼ਿਕਾਰ ਜਿਹੜਾ ਖਾਵੇ ਚੁੱਕ ਕੇ, ਮਰਿਆ ਸ਼ਿਕਾਰ ਜਿਹੜਾ ਖਾਵੇ ਚੁੱਕ ਕੇ। ਬਾਪੂ ਜੀ ਸਤਿ ਸ਼੍ਰੀ ਅਕਾਲ, ਕਿੰਨੀ ਉਮਰ ਹੋ ਗਈ ਬਾਪੂ ਜੀ?
80 ਸਾਲ ਸ਼ੁਕਰ ਹੈ ਮਹਾਰਾਜ ਮਾਲਕ ਤੰਦਰੁਸਤੀਆਂ ਬਖਸ਼ੇ ਬਾਪੂ ਜੀ ਤੁਹਾਡੇ ਸਮੇਂ ਦੀ ਗੱਲ ਬਾਪੂ ਜੀ ਚਿੱਟੇ ਚਾਦਰੇ ਕੁੜਤੇ ਖੁੱਸੇ ਤੇ ਤੁਰਲੇ ਵਾਲੀਆਂ ਪੱਗਾਂ ਹੱਥ ਹਥੌੜੇ ਸੀਨੇ ਚੌੜੇ ਅੱਖਾਂ ਦੇ ਵਿੱਚ ਅੱਗਾਂ ਹੱਥ ਵਿੱਚ ਸ਼ਮਕਾਂ ਪੈਰੀ ਧਮਕਾਂ ਆ ਸ਼ੇਰਾਂ ਵਾਂਗੂ ਗੱਜਦੇ ਆ ਬਾਬੇ ਨੀ ਲੱਭਦੇ ਅੱਜ ਕੱਲ ਭਾਜੀ ਹੋਰੀ ਸਰਦਾਰ ਬਲਵਿੰਦਰ ਸਿੰਘ ਜੀ ਬਹੁਤ ਸਾਰਾ ਪਿਆਰ ਸਤਿਕਾਰ ਦੇ ਕੇ ਗਏ ASI ਰਣਵੀਰ ਸਿੰਘ ਜੀ ਮਿਨਹਾਸ ਜੀ ਬਲਰਾਜ ਸਿੰਘ ਜੀ ਇੰਗਲਿਸ਼ ਥੋੜ੍ਹੀ ਵੀਕ ਹੈ ਥੋੜ੍ਹਾ ਤੇਜ਼ ਲਿਖਿਆ ਹੋਇਆ ਥੈਂਕ ਯੂ ਸਰ ਬਹੁਤ ਸਾਰਾ ਪਿਆਰ ਸਤਿਕਾਰ ਲੈਦਰ ਵਰਗੇ ਚਮਚ ਨਾ ਦੇ ਵੀਰੇ ਬਹੁਤ ਆ ਗਏ ਤੇਰੇ ਵੱਲੋਂ ਥੈਂਕ ਯੂ ਇਟਲੀ ਵਾਲੇ ਵੀਰੇ ਵੱਲੋਂ ਬਹੁਤ ਸਾਰਾ ਸਤਿਕਾਰ ਪਿਆਰ ਬਾਪੂ ਜੀ ਕਦੇ ਐਲਰਜੀ ਹੋਈ ਐਲਰਜੀ 80 ਸਾਲ ਦੀ ਉਮਰ ਐਲਰਜੀ ਨਹੀਂ ਹੋਈ ਲੈਦਰ ਵਰਗੇ ਚਮਜ ਨਾ ਦੇ ਤੇ ਸੱਚੀਆਂ ਸੁੱਚੀਆਂ ਸੋਚਾਂ ਇਹ ਧਰਤੀ ਚੋਂ ਰੱਬ ਕੱਢ ਲੈਂਦੇ ਸੀ ਮੈਂ ਗੱਲ ਸੁਣੀ ਸੁਣਾਈ ਲੋਕਾਂ ਚੱਲੇ ਮਧਾਣੀ ਪੜਦੇ ਬਾਣੀ ਚੱਲੇ ਮਧਾਣੀ ਪੜਦੇ ਬਾਣੀ ਅੰਮ੍ਰਿਤ ਵੇਲੇ ਜਗਦੇ ਆ ਬਾਬੇ ਨੀ ਲੱਭਦੇ ਅੱਜ ਕੱਲ ਆ ਬਾਬੇ ਆ ਬਾਬੇ ਨੀ ਲੱਭਦੇ ਅੱਜ ਕੱਲ ਆ ਬਾਬੇ ਨੀ ਲੱਭਦੇ ਬੇਸਵਾਦੀ ਹੋ ਗਈ ਦੁਨੀਆ ਬਾਪੂ ਬੇਸਵਾਦੀ ਹੋ ਗਈ ਦੁਨੀਆ ਅੱਜ ਵਧੀਆਂ ਲੁੱਟਾਂ ਖੋਹਾਂ ਸੁਰਖਾ ਤੇ ਕੋਨੇ ਮੋਨੇ ਵੱਧ ਗਏ ਅੱਜ ਪੱਗਾਂ ਟਾਂਵੀਆਂ ਹੋਈਆਂ ਹੱਥ ਵਿੱਚ ਹੈਂਕੀ ਬਣਦੇ ਯੈਂਕੀ ਹੱਥ ਵਿੱਚ ਹੈਂਕੀ ਬਣਦੇ ਯੈਂਕੀ ਆਪਣੇ ਆਪ ਤੋਂ ਪਛੜੇ ਲੱਗਦੇ ਉਹ ਬਾਬੇ ਨੀ ਲੱਭਦੇ ਅੱਜ ਕੱਲ ਠੰਡ ਦੇ ਬਿਨ ਆਗ ਨਹੀਂ ਹੁੰਦਾ ਕੰਨੇ ਬਿਨ ਆਗ ਨਹੀਂ ਹੁੰਦਾ ਕੰਨੇ ਬਿਨ ਆਗ ਨਹੀਂ ਹੁੰਦਾ ਸੱਚੇ ਬੋਲ ਯਾਰਾਂ ਦੇ ਤੜ
ਤੜਕੇ ਬਿਨ ਸਾਗ ਨਹੀਂ ਹੁੰਦਾ, ਠੰਡ ਦੇ ਬਿਨ ਮਾਗ ਨਹੀਂ ਹੁੰਦਾ, ਗੰਨੇ ਬਿਨ ਆਗ ਨਹੀਂ ਹੁੰਦਾ। ਸੱਚੇ ਬੋਲ ਯਾਰਾਂ ਦੇ, ਕਹਿਣੇ ਵਿੱਚ ਪੁੱਤ ਨਹੀਂ ਹੁੰਦੇ ਵੱਡਿਆਂ ਸਰਦਾਰਾਂ ਦੇ, ਵੱਡੇ ਸ਼ਾਹੂਕਾਰਾਂ ਦੇ ਚੜ੍ਹਦੀ ਕਲਾ। ਥੈਂਕ ਯੂ ਕੱਲ ਮੀਂਹ ਪਿਆ ਭਾਜੀ ਇੱਥੇ ਕਿ ਨਹੀਂ? ਕੱਲ ਮੀਂਹ ਪਿਆ, ਅੱਜ ਬਚਾ ਰਹਿ ਗਿਆ ਬਾਪੂ। ਇਹ ਮੁੰਡੇ ਸਵੇਰ ਦੇ ਅਰਦਾਸਾਂ ਕਰਨ, ਕਹਿੰਦੇ ਮਹਾਰਾਜ ਮੀਂਹ ਨਾ ਪਵੇ, ਤੇ ਫੰਕਸ਼ਨ ਵੀ ਪੰਜਾਬ ਪੁਲਿਸ ਦਾ, ਜੇ ਮੀਂਹ ਪੈ ਗਿਆ ਫਿਰ ਨਹੀਂ ਪੈਸੇ ਮਿਲਦੇ। ਉਹ ਮਖਾਂ ਸਾਡਾ ਭਰਾ ਹੈ, ਫਿਕਰ ਨਾ ਕਰੋ, ਪ੍ਰੋਗਰਾਮ ਨਹੀਂ ਵੀ ਲੱਗਿਆ। ਬਹੁਤ ਸਾਰਾ ਸਤਿਕਾਰ ਵੀਰ ਹਰਪ੍ਰੀਤ ਸਿੰਘ, ਤਪਿੰਦਰ ਸਿੰਘ, ਨੰਦੂ ਜੀ, ਥੈਂਕ ਯੂ ਸਰ, ਬਹੁਤ ਸਾਰਾ ਪਿਆਰ ਸਤਿਕਾਰ। ਕੈਚ ਛੁੱਟੇ ਤਕਰਾਰ ਕਿਹਨੇ ਭੇਜੇ ਭਾਜੀ ਹੋਰਾਂ ਦਾ ਨਾਂ? ਭਾਜੀ ਨਾਂ ਜ਼ਰੂਰ ਦੱਸਿਓ, ਨਹੀਂ ਰੁਪਈਆ ਤੁਹਾਡਾ ਯਾਦ ਹੈ 1100 ਰੁਪਇਆ, ਥੈਂਕ ਯੂ, ਇਹ ਤੋਂ ਬਾਅਦ ਯਾਦ ਕਰਾ ਦਿਓ। ਮੀਂਹ ਦੇ ਬਿਨ ਸੌਣ ਨਹੀਂ ਹੁੰਦਾ, ਕੁੰਭ ਦੇ ਬਿਨ ਢੋਲ ਨਹੀਂ ਹੁੰਦਾ, ਗਲ ਦੇ ਬਿਨ ਹੋਰ ਨਹੀਂ ਹੁੰਦਾ, ਚੰਗੇ ਕਲਾਕਾਰਾਂ ਦੇ। ਧੰਨਵਾਦ ਵੀਰ ਜੀ। ਬਰਜਿੰਦਰ ਸਿੰਘ ਜੀ ਲੰਬੜਦਾਰ, ਥੈਂਕ ਯੂ ਸਰ, ਲੰਬੜਦਾਰ ਜੀ। ਅੱਛਾ ਇੱਕ ਰੌਲਾ ਜਿਹਾ ਪੈ ਰਿਹਾ ਵੀ ਪਤਾ ਨਹੀਂ ਸੱਚ ਹੈ ਝੂਠ ਹੈ, ਪਿੰਡਾਂ ਦੀਆਂ ਵੋਟਾਂ ਆ ਗਈਆਂ ਭਾਜੀ। ਉਹ ਕਹਿੰਦੇ ਅਨਾਊਂਸ ਹੋ ਗਿਆ ਵੀ ਜਿਹੜੇ BA ਪਾਸ ਹੈ ਹੁਣ ਉਹੀ ਇਲੈਕਸ਼ਨ ਲੜਨਗੇ, ਇਹ ਝੂਠੇ ਆ ਭਾਜੀ? ਲੈ ਵੀ ਤੂੰ ਨਾ ਦਿਲ ਛੱਡ, ਆਹ ਤਾਂ ਮੁੰਡਾ ਪਰਸੋਂ ਦਾ ਰੋਟੀ ਨਹੀਂ ਖਾ ਰਿਹਾ, ਕਹਿੰਦਾ ਮੈਂ 5 ਸਾਲ ਦੀ ਤਿਆਰੀ ਕਰਦਾ ਭਾਜੀ, ਆਹ ਤਾਂ ਆਸਾਂ 'ਤੇ ਪਾਣੀ ਫਿਰ ਗਿਆ। ਕੋਈ ਨਹੀਂ, ਤੇਰਾ ਕੋਈ ਡੁਪਲੀਕੇਟ ਭਾਵੇਂ ਸਾਨੂੰ ਸਰਟੀਫਿਕੇਟ ਨਾ ਕਢਾਉਣਾ ਪਵੇ। ਘਰ ਵਾਲੀ BA ਪਾਸ, ਤੂੰ 8 ਫੇਲ, ਵਾਹ ਉਹ ਤੇਰੇ ਸ਼ੇਰਾ, ਇੱਦਾਂ ਕਹਿੰਦੇ ਰੱਬ ਜਦ ਦਿੰਦਾ ਛੱਪੜ ਪਾੜ ਕੇ ਦਿੰਦਾ ਹੈ। ਨਹੀਂ ਕਹਿ ਕਿੰਨੀਆਂ ਪੜ੍ਹਿਆ ਵੇ ਮੇਰੇ ਵੀਰ, ਪਹਿਲਾਂ ਦਾਸ ਦਾਸ ਕਹਿੰਦੇ, ਨਹੀਂ ਕਹਿੰਦੇ ਪਲੱਸ ਟੂ ਕਰ ਲਓ, ਥੈਂਕ ਯੂ ਗੁਡ। ਪਰ ਮੇਰਾ ਇਹ ਤਜਰਬਾ ਹੈ ਭਾਜੀ, ਇਹ ਮੇਰਾ ਤਜਰਬਾ ਹੈ, ਇਹ ਜ਼ਰੂਰੀ ਨਹੀਂ ਕਿ PhD ਕਰੇ ਬੰਦੇ ਨੂੰ ਹੀ ਗਿਆਨ ਹੋਵੇ। ਪੇਪਰਾਂ ਦੇ ਦਿਨੀ ਸਿਲੇਬਸ ਕਢਾ ਕੇ ਕਿਤਾਬਾਂ ਲਿਖ ਕੇ ਪੇਪਰ ਕੋਈ ਦੇ ਸਕਦਾ ਹੈ, ਜਦੋਂ MPhil ਜਾਂ ਬੰਦਾ PhD ਕਰਦਾ ਕੋਰਸ ਵਰਕ ਹੁੰਦਾ ਹੈ, ਅਤੇ ਇੱਕ ਤੁਸੀਂ ਥੀਸਿਸ ਲੈਂਦੇ ਜੀ ਮੈਂ ਇਹ 'ਤੇ ਲਿਖਣਾ ਹੈ, ਉਸ ਵਿਸ਼ੇ 'ਤੇ ਕਿਹਨੇ ਲਿਖਿਆ, ਮੰਨ ਲਓ 10 ਬੰਦਿਆਂ ਨੇ ਲਿਖਿਆ, ਮੈਂ 10 ਦੀਆਂ ਕਿਤਾਬਾਂ ਲੈ ਲਈਆਂ, ਉਹਨਾਂ ਦਾ ਰੀਫਰੈਂਸ ਦੇ ਦਿੱਤਾ, ਉਹ 'ਚੋਂ 10% ਮੈਂ ਆਪਣਾ ਦੱਸਤਾ ਵੀ ਮੈਂ ਇਹ ਸੋਚ ਰਿਹਾ ਅਤੇ PhD। ਪਰ ਕੁਝ ਮੈਂ ਦੇਖਿਆ, ਮੇਰਾ ਆਪਣੀ ਜ਼ਿੰਦਗੀ ਦਾ ਤਜਰਬਾ ਹੈ, ਕਈ ਬੰਦੇ ਸਕੂਲ ਦਾ ਮੂੰਹ ਵੀ ਨਹੀਂ ਦੇਖਿਆ, ਪਰ ਜ਼ਿੰਦਗੀ ਦੀਆਂ ਐਸੇ ਤੁਹਾਨੂੰ ਤਜਰਬੇ ਦੇ ਜਾਂਦੇ ਆ, ਜ਼ਿੰਦਗੀ ਦਾ ਨਿਚੋੜ ਦੇ ਜਾਂਦੇ ਆ, ਬਸ ਜਿਹਦਾ ਕੋਈ ਮੁਕਾਬਲਾ ਵੀ ਹੁੰਦਾ। ਇੱਕ ਵਾਰ ਖੁੱਲ੍ਹ ਕੇ ਤਾੜੀ ਸਿਆਣੇ ਲੋਕਾਂ ਲਈ, ਮੈਂ ਤਾਂ ਬਹੁਤ ਕੁਝ ਆਪਣੀ ਬੀਬੀ ਤੋਂ ਸਿੱਖ ਰਿਹਾ, ਕੋਰੀ ਅਨਪੜ੍ਹ ਹੈ, ਜਿਹੜੀਆਂ ਉਹਦੀਆਂ ਗੱਲਾਂ ਨਹੀਂ ਮੰਨੀਆਂ ਅਤੇ ਥੱਲੇ ਨਹੀਂ ਆਏ। ਥੈਂਕ ਯੂ ਮਹਾਰਾਜ, ਮਿਹਰ ਕਰੇ, ਦਇਆ ਕਰੇ। ਮੂੰਹ 'ਤੇ ਜੋ ਜੀ ਜੀ ਕਰਦਾ,
ਪਿੱਠ ਪਿੱਛੇ ਚੁਗਲੀਆਂ ਕਰਦਾ ਉਸੇ ਤੋਂ ਰੱਖ ਲੋ ਪਰਦਾ ਘਰ ਦੀ ਲੜਾਈ ਦਾ ਜਿੱਥੇ ਨਾ ਇੱਜ਼ਤ ਹੋਵੇ ਉੱਥੇ ਨਹੀਂ ਜਾਈਦਾ ਜਿੱਥੇ ਨਾ ਇੱਜ਼ਤ ਹੋਵੇ ਉੱਥੇ ਨਹੀਂ ਜਾਈਦਾ ਬੰਦੇ ਮੰਗ ਸੌਂਦੀ ਨਾ ਟੌਰ ਸ਼ੁਕੀਨੀ ਪੇਕੇ ਮੁਟਿਆਰਾਂ ਨੂੰ ਸੌਂਦੀ ਨਾ ਟੌਰ ਸ਼ੁਕੀਨੀ ਪੇਕੇ ਮੁਟਿਆਰਾਂ ਨੂੰ ਦਿਸਦੇ ਨੀ ਰਿਸ਼ਤੇ ਨਾਤੇ ਚੱਲਦੇ ਹਥਿਆਰਾਂ ਨੂੰ ਦਿਸਦੇ ਨੀ ਰਿਸ਼ਤੇ ਨਾਤੇ ਚੱਲਦੇ ਹਥਿਆਰਾਂ ਨੂੰ ਠੰਡੇ ਪਾਣੀ ਨਾਲ ਨਹੀਂ ਗੁਜਦਾ ਠੰਡੇ ਪਾਣੀ ਨਾਲ ਨਹੀਂ ਗੁਜਦਾ ਆਦੇ ਆਦੇ ਬੇਬੇ ਕਹਿੰਦੀ ਵੀ ਹੋ ਗਿਆ ਇੱਧਰ ਨੂੰ ਸਿੱਧਾ ਹੁਣ ਬੇਬੇ ਮਾਂ ਮੱਕੀ ਦਾ ਆਟਾ ਠੰਡੇ ਪਾਣੀ ਨਾਲ ਗੁੱਝ ਜਾਂਦਾ ਕਿ ਨਹੀਂ ਉਹ ਨਾਲ ਵਾਲੀ ਬੇਬੇ ਤੋਂ ਪੁੱਛ ਲਈ ਵੀ ਉਹ ਕਿਹੜੇ ਆਪਣਾ ਡਿਸੀਜਨ ਦੇ ਰਹੀ ਹੈਂਜੀ ਨਹੀਂ ਠੰਡੇ ਪਾਣੀ ਨਾਲ ਗੁੱਝ ਜਾਂਦਾ ਕਿ ਨਹੀਂ ਗੁੱਝ ਜਾਂਦਾ ਉਹ ਮੇਰਿਆ ਰੱਬਾ ਇਹ ਤਾਂ 2016 ਦਾ ਰੌਲਾ ਪਾ ਰਹੇ ਗੁੱਝੇ ਨਹੀਂ ਰਿਹਾ ਬਈ ਇੱਕ ਬੇਨਤੀ ਹੈ ਆ ਮੁੰਡੇ ਪਿੱਛੇ ਦੋ ਬੈਠੇ ਮੱਕੀ ਦਾ ਆਟਾ ਤੇ ਠੰਡਾ ਪਾਣੀ ਗੱਡੀ 'ਚ ਰੱਖਿਆ ਕਰੋ ਹੁਣ ਜਾਂ ਤਾਂ ਗੀਤ ਝੂਠਾ ਹੈ ਜਾਂ ਬੇਬੇ ਦਾ ਜਵਾਬ ਗਲਤ ਹੈ ਹੁਣ ਬੇਬੇ ਕਹਿੰਦੀ ਵੀ ਲਿਆਓ ਆਟਾ ਗੁੰਨ ਕੇ ਦੱਸ ਦਿੰਦੇ ਠੰਡੇ ਪਾਣੀ ਨਾਲ ਅਸੀਂ ਬਠਿੰਡੇ ਬੇਬੇ ਪ੍ਰੋਗਰਾਮ ਕਰਨ ਗਏ ਅਤੇ ਮੈਂ ਇੱਕ ਮਾਂ ਨੂੰ ਪੁੱਛਿਆ ਬੇਬੇ ਮੱਕੀ ਦਾ ਆਟਾ ਠੰਡੇ ਪਾਣੀ ਨਾਲ ਗੁੱਝ ਜਾਂਦਾ ਮੇਰੇ ਕੋਲ ਆ ਗਈ ਕਹਿੰਦੀ ਭਾਊ ਕਿੱਥੋਂ ਗਾਉਣਾ ਆ ਅੱਛਾ ਉੱਧਰ ਦੇ ਲੋਕਾਂ ਦਾ ਹਰ ਹਰ ਜ਼ਿਲ੍ਹੇ ਦਾ ਇੱਕ ਆਪਣਾ ਸੁਭਾਅ ਹੈ ਉੱਧਰ ਦੇ ਲੋਕ ਥੋੜ੍ਹੇ ਜਿਹੇ ਖੜਕਿਆ ਜਿੱਦਾਂ ਹੈ ਨਾ ਸਖਤ ਆ ਮੈਂ ਹੱਥ ਜੋੜ ਲਏ ਮੈਂ ਕਿਹਾ ਹੋ ਗਈ ਉਹੀ ਗੱਲ ਮੈਂ ਕਿਹਾ ਬੇਬੇ ਆਨੰਦਪੁਰ ਸਾਹਿਬ ਕੋਲ ਹੈ ਮੇਰਾ ਪਿੰਡ ਡੂਮੇਵਾਲ ਮੈਨੂੰ ਕਹਿੰਦੀ ਭਾਊ ਕਿੰਨੇ ਪੈਸੇ ਲਏ ਤੂੰ ਮੈਂ ਦੱਸਿਆ ਬੇਬੇ ਦੂਰ ਹੈ ਬਠਿੰਡਾ ਇੰਨੀ ਫੀਸ ਲਈ ਅਤੇ ਅੱਗਿਓਂ ਮੈਨੂੰ ਕਹਿੰਦੀ ਟੋਕਰਾ ਭਰ ਕੇ ਪੈਸਿਆਂ ਦਾ ਤੂੰ ਨੇਵੇਂ ਅਤੇ ਪ੍ਰੈਕਟੀਕਲ ਸਾਤੋਂ ਕਰਾਓ ਨਾ ਕਹਿੰਦੀ ਬੰਦੇ ਦਾ ਪੁੱਤ ਬਣ ਕੇ ਸਟੇਜ 'ਤੇ ਖੜਾ ਗਾਈ ਜਾ ਮਾਸਟਰ ਨਹੀਂ ਲੱਗਿਆ ਜਿਹੜੇ ਇੱਥੇ ਆ ਕੇ ਸਵਾਲ ਪੁੱਛਦਾ ਗੁੱਝਦਾ ਕਿ ਨਹੀਂ ਗੁੱਝਦਾ ਮੈਂ ਹੱਥ ਜੋੜੇ ਇਹਨਾਂ ਨੂੰ ਮਗਾ ਟਾਈਮ ਕੱਢ ਲਓ ਪੂਰੇ 2.25 ਘੰਟੇ ਨਹੀਂ ਇਹ ਨਾ ਹੋਵੇ ਵੀ ਐਂ ਬੂਟੇ ਦੇ ਪਿੱਛੋਂ ਮਿਲੋ ਵੀ ਬੰਨੇ ਵੇ ਕਲਾਕਾਰ ਵਾਲੇ ਬੂਟੇ ਠੰਡੇ ਪਾਣੀ ਨਾਲ ਨਹੀਂ ਗੁੱਝਦਾ ਆਟਾ ਜਿਉਂ ਮੱਕੀ ਦਾ ਆ ਲੈਂਦਾ ਸਿਰ ਬੇਸ਼ੱਕ ਲੈ ਜਾਏ ਲੈਂਦਾ ਸਿਰ ਬੇਸ਼ੱਕ ਲੈ ਜਾਏ ਥੁੱਕ ਕੇ ਨਹੀਂ ਚੱਪੀ ਥੁੱਕ ਕੇ ਨਹੀਂ ਚੱਪੀ ਰਾਹ ਵਿੱਚ ਨਾ ਲਾਈਏ ਬਿੱਕਾ ਰਸਤੇ ਹੁੰਦੇ ਲੱਗਣ ਨੂੰ ਹੂੰ ਤਾਂ ਨਾ ਮਾੜਾ ਬੋਲੋ ਰਸਤੇ ਆਏ ਮੰਗਣ ਨੂੰ ਹੂੰ ਤਾਂ ਨਾ ਮਾੜਾ ਬੋਲੋ ਰਸਤੇ ਆਏ ਮੰਗਣ ਨੂੰ ਸਾਰਿਆਂ ਦੇ ਘਰ ਵਿੱਚ ਜਾ ਕੇ ਮੇਰਾ ਭਰਾ ਵੀਡੀਓ ਬਣਾਉਂਦਾ ਵਿਆਹ ਹੋ ਗਿਆ ਮੇਰੇ ਵੀਰ ਦਾ ਨਹੀਂ ਹੋਇਆ ਬੜੇ ਦੁਖੀ ਜਿਹਾ ਹੋ ਕੇ ਕਿਹਾ ਯਾਰ ਠੀਕ ਹੈ
ਪਿੱਛੇ ਸਰਦਾਰ ਜੀ ਬੈਠੇ, ਸਰਦਾਰ ਜੀ ਵਿਆਹ ਹੋ ਗਿਆ, ਕਿੰਨੇ ਸਾਲ ਹੋ ਗਏ? 3 ਸਾਲ। ਕੜੀ ਚਾਵਲ ਖਾ ਲੈਂਦੇ? ਸੋਰੀ, ਜਾ ਕੇ ਖਾਧੇ ਕਦੇ ਕੜੀ ਚਾਵਲ? ਚਮਚੇ ਨਾਲ ਕੇ ਹੱਥ ਨਾਲ? ਦੋਨੇ ਤਰ੍ਹਾਂ ਨਾਲ। ਸਹੁਰਿਆਂ ਦੇ ਘਰ ਵਿੱਚ ਜਾ ਕੇ ਭਾਂਡਾ ਨੀ ਚੱਟੀ ਦਾ, ਲੈਂਦਾ ਸਿਰ ਦੇ ਸ਼ਕਲ ਸਿਰ ਦੇ ਸ਼ਕਲ ਲੈਂਦਾ ਸਿਰ ਦੇ ਸ਼ਕਲ ਅਣਖੀ ਹੀ ਪਾਤਰ ਬਣਦੇ ਯੋਧਿਆਂ ਦੀਆਂ ਵਾਰਾਂ ਤੇ, ਮਾਪੇ ਕਦੇ ਭੂਕ ਨਹੀਂ ਸੌਂਦੇ ਧੀਆਂ ਮੁਟਿਆਰਾਂ ਦੇ, ਮਾਪੇ ਕਦੇ ਭੂਕ ਨਹੀਂ ਸੌਂਦੇ। ਹਾਂ ਵੇ ਥੈਂਕ ਯੂ ਭਾਜੀ, ਆਪਣਾ ਸ਼ੁਕਰੀਆ। ਥੈਂਕ ਯੂ ਵੀਰ ਜੀ, ਆਪਣਾ ਸ਼ੁਕਰੀਆ। ਹਾਂਜੀ ਹਾਂਜੀ, ਥੈਂਕ ਯੂ ਭਾਜੀ। ਭਾਜੀ ਕਹਿੰਦੇ ਉਹ ਬੋਲ ਬਹੁਤ ਪਿਆਰੇ ਆ, ਐ ਸਾਡੇ ਪਿਆਰੇ ਵੀਰ ਵੀਰ ਸਿੰਘ ਜੀ, ਰਕੇਸ਼ ਦਿੱਤਾ, ਥੈਂਕ ਯੂ ਬ੍ਰਦਰ। ਕਹਿੰਦੇ ਉਹ ਬੋਲ ਜਿਹੜਾ ਤੁਹਾਡਾ ਉਹਦੇ 'ਚ ਆਏ ਸੀਗੇ ਨਾ, ਕੱਲੇ ਸਿੰਘ ਨੇ ਤਬਿੱਤ ਦੀਪ ਮਲਿਆ, ਜਿਹਨੇ ਖਿੱਚ ਕੇ ਲਿਆ ਦੇ ਧਾਰੋਂ ਪਾਰ ਤੋਂ, ਕੈਚ ਛੁੱਟੇ ਤੰਗਦਾਰ ਸਾਨੂੰ ਆਖਦੇ ਪੈਰ ਕੱਢਦੇ ਹੋ ਕਿਹੜਾ ਸਰਦਾਰ ਤੋਂ, ਕੈਚ ਛੁੱਟੇ ਤੰਗਦਾਰ ਸਾਨੂੰ ਆਖਦੇ ਪੈਰ ਕੱਢਦੇ ਹੋ ਕਿਹੜਾ ਸਰਦਾਰ ਤੋਂ, ਇੱਕੋ ਕੁਰਸੀ ਫਰਾਜ ਵਾਲੇ ਮਾਰਿਆ, ਸੁਣੇ ਕਿੰਨਿਆਂ ਦੇ ਗੋਲੀਆਂ ਮਰਾ ਦੀਆਂ, ਉਹ ਜਿਹਨੂੰ ਮੰਗਵਾ ਸਾਈਕਲ ਨਹੀਂ ਸੀ ਮਿਲਦਾ, ਉਹਨੇ ਗੱਡੀਆਂ ਟਰੈਕ ਤੇ ਮੰਗਵਾ ਸਾਈਕਲ ਨਹੀਂ ਸੀ ਮਿਲਦਾ, ਮੰਗਵਾ ਸਾਈਕਲ ਨਹੀਂ ਸੀ ਮਿਲਦਾ। ਭਾਜੀ ਇਹ ਜਾ ਰਹੇ ਹੋ ਗਏ, ਆਪਾਂ ਅੱਧ 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 ਕਰ ਲੈਂਦੇ ਆਪਾਂ, ਨਹੀਂ ਮੰਨੋ। ਥੈਂਕ ਯੂ। ਲਓ ਬਈ ਜਲੰਧਰ, ਤੁਸੀਂ ਸਾਰਿਆਂ ਨੇ ਹਵੇਲੀ 'ਚ ਰੋਟੀ ਖਾ ਕੇ ਜਾਣੀ, ਜਿੱਦਾਂ ਕਿੱਦਾਂ ਮੈਂ ਤੁਹਾਨੂੰ ਵਧੀਆ ਰੋਟੀ ਖਿਲਾਉਣਾ ਮੰਗਦਾ। ਥੈਂਕ ਯੂ ਭਾਜੀ, ਥੈਂਕ ਯੂ। ਵੀਰੇ ਕਹਿੰਦੇ ਬਈ ਸੁਣ ਕੇ ਨਜ਼ਾਰਾ ਆ ਗਿਆ, ਜਿੱਦਣ ਬੁਕਿੰਗ ਹੋਈ ਨਾ ਤੇ ਮੈਨੂੰ ਅਸ਼ਵਨੀ ਭਾਜੀ ਕਹਿਣ, ਕਹਿੰਦੇ ਬਈ ਸੁਣਿਆ ਤਾਂ ਤੈਨੂੰ ਹੈ ਨਹੀਂ, ਕਲਾਕਾਰ ਅਸੀਂ ਹੋਰ ਫ੍ਰੀ 'ਚ ਵੀ ਲਾ ਸਕਦੇ ਪਰ ਤੇਰੀ ਡਿਮਾਂਡ ਹੈ ਵੀ ਐਸ਼ਕੀ ਪੰਮੇ ਨੂੰ ਲਿਆਓ, ਜੇ ਵਧੀਆ ਲੱਗ ਰਿਹਾ ਇੱਕ ਵਾਰ ਖੁੱਲ੍ਹ ਕੇ ਤਾੜੀ ਮਾਰ ਦਿਓ, ਬੜੀ ਮਿਹਰਬਾਨੀ, ਪੈਸੇ ਇੱਦਾਂ ਭਾਜੀ ਹੋਰਾਂ ਲੱਗੇਗੇ ਪੂਰੇ ਹੋ ਰਹੇ ਆ। ਥੈਂਕ ਯੂ ਬ੍ਰਦਰ। ਕੱਲੇ ਸਿੰਘ ਨੇ ਤਬਿੱਤ ਦੀਪ ਮਲਿਆ, ਜਿਹਨੇ ਖਿੱਚ ਕੇ ਲਿਆ ਦੇ ਧਾਰੋਂ ਪਾਰ ਤੋਂ,
ਸ਼ੌਚ ਛੁੱਟੇ ਤੰਗਦਾਰ ਸਾਨੂੰ ਆਖਦੇ ਵੈਰੀ ਕੱਢਦੇ ਹੋ ਕਿਹੜਾ ਸਰਦਾਰ ਤੋਂ ਇੱਕੋ ਕੁਰਸੀ ਫਰਾਜ ਵਾਲੇ ਮਾਰਿਆ ਉਸ ਨੇ ਕਿੰਨਿਆਂ ਦੇ ਗੋਲੀਆਂ ਮਰਾ ਲਈਆਂ ਜਿਹਨੂੰ ਮੰਗਵਾ ਸਾਈਕਲ ਨਹੀਂ ਸੀ ਮਿਲਦਾ ਉਹਨੇ ਗੱਡੀਆਂ ਟਰੈਕ ਤੇ ਭਜਾ ਦੀਆਂ ਅੱਛਾ ਅਗਲਾ ਬੇਬੇ ਅਗਲਾ ਗੀਤ ਪਿੰਡਾਂ ਦਾ ਸੱਚ ਹੈ ਬੇਬੇ ਗੀਤ ਆਇਆ ਸੀ ਕੈਨੇਡਾ ਦੀ ਕੁੜੀ ਬੇਬੇ ਨੇ ਮੁੰਡਾ ਮੰਗਣਾ ਵਿਚੋਲਣ ਘਰੇ ਸੱਦ ਲਈ ਇਹ ਅੱਜ ਦਾ ਬੇਬੇ 70% ਸੱਚ ਆ ਵਿਚੋਲਣ ਸੱਦ ਲਈ ਹੁਣ ਬੇਬੇ ਦੱਸ ਰਹੀ ਸਾਨੂੰ ਰਿਸ਼ਤਾ ਕਿਹੋ ਜਿਹਾ ਚਾਹੀਦਾ ਇਹ ਗੀਤ ਇੱਥੇ ਵੀ ਸੁਣ ਲੈਣਾ ਬੇਬੇ ਯੂਟਿਊਬ ਤੇ ਤੂੰ ਸਰਚ ਕਰਨਾ ਮਾਂ ਕੈਨੇਡਾ ਦੀ ਕੁੜੀ ਬਾਏ ਪੰਮਾ ਡੂਮਿਆਲ ਵੀਡੀਓ ਤੇ ਬਹੁਤ ਮਿਹਨਤ ਕੀਤੀ ਸੀ ਉਹ ਜ਼ਿਆਦਾ ਵਧੀਆ ਲੱਗੂ ਬੇਬੇ ਬੇਬੇ ਨੇ ਵਿਚੋਲਣ ਸੱਦ ਲਈ ਤੇ ਬੇਬੇ ਵਿਚੋਲਣ ਨੂੰ ਕਹਿੰਦੀ ਸੱਦ ਕੇ ਵਿਚੋਲੀ ਕੀਤਾ ਸਮਝਾਉਣਾ ਆ ਆਪਾਂ ਇਸ ਸਾਲ ਜੱਗੇ ਨੂੰ ਵਿਆਉਣਾ ਆ ਸਾਥ ਹੋਵੇ ਬਾਹਰਲਾ ਤੂੰ ਪਿੱਛੇ ਨਾ ਮੁੜੀ ਲੱਭ ਮਿੰਦੋ ਸਾਡੇ ਲਈ ਲੱਭ ਮਿੰਦੋ ਸਾਡੇ ਲਈ ਸਾਨੂੰ ਚਾਹੀਦੀ ਕੈਨੇਡਾ ਦੀ ਕੁੜੀ ਬੇਬੇ ਵਿਚੋਲਣ ਨੂੰ ਕਹਿੰਦੀ ਜੇਕਰ ਸਾਨੂੰ ਕੁੜੀ ਪੀ ਆਰ ਮਿਲ ਜਾਏ ਸਾਡੀ ਸ਼ਰਤ ਕਿਹੜੀ ਹੈ ਬੇਬੇ ਪੈਲਸ ਦਾ ਖਰਚਾ ਵੀ ਅਸੀਂ ਕਰਾਂਗੇ ਨਹੀਂ ਤਾਂ ਕੁੜੀ ਵਾਲਿਆਂ ਨੂੰ ਹੁੰਦਾ ਨਾ ਫਿਰ ਅੱਜ ਕੱਲ੍ਹ ਪਤਾ ਲੋਕ ਕੀ ਕਰਦੇ ਆ ਅਸ਼ਮੀ ਭਾਜੀ ਵੀ ਲੈਣਾ ਕੁਝ ਨਹੀਂ ਬਸ ਪੈਲਸ 'ਚ ਮਾੜੇ ਵਿਆਹ ਵਧੀਆ ਕਰਦੇ ਉੱਥੇ ਜੇ 'ਚ ਵਧੀਆ ਕਰਨਾ ਉਹ ਕਹਿੰਦੇ ਭਾਈ 1500 ਨੂੰ ਪਲੇਟ ਹੁਣ 1500 ਨੂੰ ਲਾ ਲਓ 300-500 ਆਮ ਗੈਦਰਿੰਗ ਹੁੰਦੀ ਆ ਉਹ ਗਿਆ 20 ਲੱਖ ਲੈਣਾ ਦੇਣਾ ਕੁਝ ਨਹੀਂ ਬਸ ਕੁੜੀ ਵਾਲੇ ਨੂੰ 20 ਲੱਖ ਲਵਾ ਦਿੱਤਾ ਮਹਾਰਾਜ ਮਿਹਰ ਕਰੇ ਬੇਬੇ ਕਹਿੰਦੀ ਅਲੋ ਵੀ ਇੱਕ ਵਾਰ ਖੁੱਲ ਕੇ ਤਾੜੀਆਂ ਮਾਰਿਓ ਡਰੋਲੀ ਕਲਾ ਦੇ ਨਿਊਯਾਰਕ ਦੇ ਰਹਿੰਦੇ ਵੀਰ ਜਸਵੀਰ ਭਾਜੀ ਹੋਰੀ 5100 ਰੁਪਇਆ ਭੇਜਿਆ ਇੱਕ ਵਾਰ ਖੁੱਲ ਕੇ ਤਾੜੀਆਂ ਕਹਿੰਦੇ ਲਾਈਵ ਦੇਖ ਰਹੇ ਪ੍ਰੋਗਰਾਮ ਵਧੀਆ ਲੱਗਿਆ ਇਸ ਕਰਕੇ ਕਲਾਕਾਰ ਦੀ ਹੌਸਲਾ ਅਫਜ਼ਾਈ ਮੈਂ ਇਹ ਜੇਬ 'ਚ ਪਾ ਲੈਣਾ ਆਪਣੀ ਇਹ ਤੁਹਾਨੂੰ ਨਹੀਂ ਗਾਉਂਦਾ ਠੀਕ ਹੈ ਬੇਬੇ ਕਹਿੰਦੀ ਜੇਕਰ ਕੁੜੀ ਪੀ ਆਰ ਮਿਲ ਜਾਏ ਪੈਲਸ ਦਾ ਖਰਚਾ ਵੀ ਅਸੀਂ ਕਰਾਂਗੇ ਹਰ ਕੋਈ ਡਿਮਾਂਡ ਉਹਦੀ ਪੂਰੀ ਕਰਾਂਗੇ ਵੇਚ ਦਾਂਗੇ ਪਹਿਲੀ ਜਿਹੜੀ ਮਸਾਂ ਹੈ ਜੁੜੀ ਬਸ ਸਾਨੂੰ ਚਾਹੀਦੀ ਲੱਭ ਮੰਦੇ ਸਾਡੇ ਲਈ ਕੈਨੇਡਾ ਦੀ ਕੁੜੀ ਅੱਛਾ ਵਿਚੋਲਣ ਕਹਿੰਦੀ ਬੇਬੇ ਜੇ ਕੈਨੇਡਾ ਦੀ ਕੁੜੀ ਨਾ ਮਿਲੇ ਪੀ ਆਰ ਕੋਈ ਹੋਰ ਆਪਸ਼ਨ ਬੇਬੇ ਬੇਸ਼ੱਕ ਅਨਪੜ੍ਹ ਹੈ ਪਰ ਬੇਬੇ ਨੂੰ ਨੌਲੇਜ ਪੂਰਾ ਬੇਬੇ ਕਹਿੰਦੀ ਧੀਏ
ਲੱਭੇ ਨਾ ਕਨੇਡਾ ਤਾਂ ਅਮਰੀਕਾ ਲੱਭ ਜੇ ਸਾਨੂੰ ਬਸ ਬਾਹਰ ਜਾਣ ਦਾ ਤਰੀਕਾ ਲੱਭ ਜੇ ਲੱਭੇ ਨਾ ਕਨੇਡਾ ਤਾਂ ਅਮਰੀਕਾ ਲੱਭ ਜੇ ਬਸ ਬਾਹਰ ਜਾਣ ਦਾ ਤਰੀਕਾ ਲੱਭ ਜੇ ਚਾਈ ਚਾਈ ਜਾਵਾਂਗੇ ਜਹਾਜ਼ਾਂ ਚ ਉੜੀ ਲੱਭ ਮਿੰਦੋ ਸਾਡੇ ਲਈ ਲੱਭ ਮਿੰਦੋ ਸਾਡੇ ਲਈ ਬਸ ਸਾਨੂੰ ਚਾਹੀਦੀ ਕਨੇਡਾ ਦੀ ਕੁੜੀ ਵਿਚੋਲਣ ਕਹਿੰਦੀ ਬੇਬੇ ਜੇ ਤੂੰ ਵੈਸੇ ਮੰਨੇ ਜਿੱਦਾਂ ਤੁਹਾਡੇ ਚਲੋ ਮੁੰਡੇ ਨੂੰ 25 ਖੇਤ ਆਉਂਦੇ ਆ ਸਾਨੂੰ ਪਤਾ ਮੁੰਡਾ ਘੱਟ ਪੜਿਆ ਪਰ ਸਾਡੇ ਰਿਸ਼ਤੇਦਾਰੀ 'ਚ ਕੁੜੀ ਹੈ ਕੁੜੀ ਨੇ ਐਮ ਟੈਕ ਕੀਤੀ ਹੈ ਮੋਹਾਲੀ ਐਡਹੋਕ 'ਤੇ 25,000 ਹੁਣ ਮਿਲ ਰਿਹਾ ਅਤੇ ਜਿਸ ਦਿਨ ਰੈਗੂਲਰ ਹੋ ਗਈ ਕੁੜੀ ਨੂੰ ਇੱਥੇ ਹੀ 65,000-70,000 ਮਿਲਣਾ ਉਹ ਰਿਸ਼ਤਾ ਨਾ ਕਰਾ ਦਿਆਂ ਬੇਬੇ ਕਹਿੰਦੀ ਧੀਏ ਨਾ ਚੱਕਰ ਤਾਂ ਇਹ ਪਿਆ ਵੀ ਗੁਆਂਢੀਆਂ ਦਾ ਮੁੰਡਾ ਗਿਆ ਆਸਟ੍ਰੇਲੀਆ ਅਤੇ ਜਦੋਂ ਉਹਦੀ ਮਾਂ ਆ ਕੇ ਮੇਰੇ ਕੋਲ ਗੱਲਾਂ ਕਰਦੀ ਨਾ ਵੀ ਭੈਣੇ ਕੱਲ੍ਹ ਸਾਡੇ ਮੁੰਡੇ ਨੇ ਪੈਸੇ ਭੇਜੇ ਬਾਹਰੋਂ ਜਦੋਂ ਇਹਨਾਂ ਦਾ ਪਾਪਾ ਵੈਸਟਰਨ ਯੂਨੀਅਨ 'ਚ ਪੈਸੇ ਤੜਾਉਣ ਗਿਆ ਤਾਂ ਜਦੋਂ ਇੱਧਰਲੇ ਪੈਸੇ ਕਰਾਏ ਭੈਣੇ 2.5 ਲੱਖ ਬਣ ਗਿਆ ਬੇਬੇ ਕਹਿੰਦੀ ਗੁਆਂਢੀਆਂ ਦਾ ਮੁੰਡਾ 2.5 ਲੱਖ ਬਣਾਵੇ ਅਤੇ ਸਾਡੇ ਵਾਲਾ ਗਲੀਆਂ ਛੇਤੜੇ ਇਹ ਨਹੀਂ ਹੋ ਸਕਦਾ ਮੁੰਡਾ ਤਾਂ ਕਨੇਡਾ ਪਹੁੰਚੂ ਭਾਵੇਂ 30 ਲੱਗ ਜਾਏ 35 ਲੱਗ ਜਾਏ 40 ਲੱਗ ਜਾਏ ਬੇਬੇ ਕਹਿੰਦੀ ਭਾਵੇਂ ਸਾਰਾ ਵਿਕ ਜਾਏ ਸਮਾਨ ਕਰਦਾ ਭਾਵੇਂ ਕਿੱਡਾ ਹੋ ਜਾਏ ਨੁਕਸਾਨ ਕਰਦਾ ਕਰਜ਼ 'ਚ ਜਾਈਏ ਸਾਰਾ ਟੱਬਰ ਰੁੜੀ ਬਸ ਸਾਨੂੰ ਚਾਹੀਦੀ ਬਸ ਸਾਨੂੰ ਚਾਹੀਦੀ ਲੱਭ ਮੁੰਡੇ ਸਾਡੇ ਲਈ ਕਨੇਡਾ ਦੀ ਕੁੜੀ ਚੋਲਣ ਕਹਿੰਦੀ ਬੇਬੇ ਮੁੰਡੇ 'ਤੇ 35-40 ਲੱਖ ਲਾਉਣ ਨੂੰ ਜੇ ਮੈਂ ਸੱਚਮੁੱਚ ਰਿਸ਼ਤਾ ਕਰਾ ਦਿਆਂ ਮੇਰਾ ਕੁਝ ਬਣੂ ਬੇਬੇ ਕਹਿੰਦੀ ਤੂੰ ਵੀ ਫਿਕਰ ਨਾ ਕਰ 67,000 ਨੂੰ ਸੋਨਾ ਹੋਇਆ 2 ਤੋਲੇ ਦੀਆਂ ਕੰਨ ਵਾਲੀਆਂ ਪਾਵਾਂਗੇ ਸਾਰੀ ਉਮਰ ਯਾਦ ਰੱਖੇਗੀ ਅਤੇ ਕਿਸੇ ਦੀ ਵਿਚੋਲਣ ਬਣੀ ਸੀ ਬੇਬੇ ਕਹਿੰਦੀ ਤੈਨੂੰ ਵੀ ਵਿਚੋਲਣੇ ਪਾ ਦਿਉ ਵਾਲੀਆਂ ਨੀ ਚੰਗਾ ਹੋਵੇ ਕੁਆਰੀਆਂ ਜੇ ਹੋਣ ਸਾਰੀਆਂ ਬਾਕੀਆਂ ਨੂੰ ਸਾਫ ਫਿਰ ਜਾਣਗੇ ਜੁੜੀ ਲੱਭ ਮਿੰਦੋ ਸਾਡੇ ਲਈ ਲੱਭ ਮਿੰਦੋ ਸਾਡੇ ਲਈ ਬਸ ਸਾਨੂੰ ਚਾਹੀਦੀ ਕੁੜੀ ਕਨੇਡਾ
ਦਾ ਪਤਾ ਕਰ ਕੰਗ ਵੇ ਇੱਕ ਵਾਰ ਖੁੱਲ ਕੇ ਤਾੜੀਆਂ ਇਸ ਨਗਰ ਦੇ NRI ਵੀਰਾਂ ਲਈ ਪਲੀਜ਼। ਜੇਕਰ ਸਾਡੇ ਭਰਾ ਬਾਹਰਲੇ ਮੁਲਕਾਂ 'ਚ ਨਾ ਜਾਂਦੇ, ਭਾਵੇਂ ਕੈਨੇਡਾ, ਅਮੈਰੀਕਾ, ਇੰਗਲੈਂਡ ਹੈ, ਯੂਰਪ ਹੈ, ਭਾਵੇਂ ਕੋਈ ਦੁਬਈ ਹੈ, ਸੱਚਮੁੱਚ ਜਾਣਿਓ ਪੰਜਾਬ ਦੀ 60-70% ਜਿਹੜੀ ਇਕੋਨਮੀ ਆ NRI ਵੀਰਾਂ 'ਤੇ ਖੜੀ ਹੈ। ਪਿੰਡ ਕੋਈ ਮੇਲਾ ਹੋਵੇ, ਛਿੰਜ ਮੇਲਾ ਹੋਵੇ, ਕੋਈ ਨਗਰ ਦਾ ਕੋਈ ਸਾਂਝਾ ਕੰਮ ਹੋਵੇ ਅਤੇ ਆਪਣਾ ਦਸਵੰਧ ਉੱਥੋਂ ਆਉਂਦਾ, ਨਹੀਂ ਤਾਂ ਜੇ NRI ਵੀਰ ਬਾਹਰ ਨਾ ਜਾਂਦੇ ਨਾ ਤਾਂ ਅੱਜ ਦਾ ਪੰਜਾਬ ਦਾ ਸੱਚ ਹੋਣਾ ਸੀ, ਇਹ ਯੂਪੀ ਬਿਹਾਰ ਹੋਣਾ ਸੀ ਲੁੱਟਾਂ ਖੋਹਾਂ ਦੇ। ਕੌੜਾ ਸੱਚ ਹੈ, ਮਾਲਕ ਮਿਹਰ ਕਰੇ। ਆਪਦਾ ਮੁਲਕ ਛੱਡਣਾ ਕੋਈ ਸ਼ੌਂਕ ਨਹੀਂ, ਆਪਣਾ ਮੁਲਕ ਛੱਡਣਾ ਕੋਈ ਸ਼ੌਂਕ ਨਹੀਂ, ਪਰ ਜਦੋਂ ਪਤਾ ਲੱਗੇ ਵੀ ਡਿਗਰੀਆਂ ਕਰਕੇ ਵੀ ਅਤੇ ਬੰਦੇ ਨੂੰ ਐਡ ਹੋਕ 'ਤੇ 15,000 ਦੀ ਪੇ ਮਿਲੇ ਤਾਂ ਫਿਰ ਥੋੜ੍ਹਾ ਔਖਾ ਲੱਗਦਾ। ਮਹਾਰਾਜ ਮਿਹਰ ਕਰੇ, ਦਇਆ ਕਰੇ। ਸੱਚਮੁੱਚ ਪੰਜਾਬ ਗੁਰੂਆਂ, ਪੀਰਾਂ, ਫਕੀਰਾਂ, ਸ਼ਹੀਦਾਂ, ਮੁਰੀਦਾਂ ਦੀ ਧਰਤੀ। ਬਹੁਤ ਸੋਹਣਾ ਲਿਖਿਆ, ਅਮਲੀ ਕਿਸੇ ਨੂੰ ਕਹਿਣ ਨਹੀਂ ਦੇਣਾ, ਨਸ਼ਾ ਪੰਜਾਬ 'ਚ ਰਹਿਣ ਨਹੀਂ ਦੇਣਾ। ਇਹ ਮਿਹਰ ਕਰੇ ਮਾਲਕ, ਹਰ ਘਰ ਤੋਂ ਸ਼ੁਰੂ ਕਰਨਾ ਪਊਗਾ। ਜੇ ਕੋਈ ਭਰਾ ਕਿਸੇ ਗਲਤ ਸੁਸਾਇਟੀ 'ਚ ਪਿਆ ਤਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਉਹਨੂੰ ਬਦਨਾਮ ਕਰਕੇ ਨਹੀਂ, ਬੁੱਕਲ 'ਚ ਲੈ ਕੇ। ਕਿਸੇ ਨਸ਼ਾ ਕਰਨ ਵਾਲੇ ਵੀਰ ਨੂੰ ਤੁਸੀਂ ਸਿੱਧੇ ਰਾਹ ਪਾ ਤਾ, ਤੁਹਾਡਾ ਬਹੁਤ ਵੱਡਾ ਪਰ ਉਪਕਾਰ ਆ। ਕਿਸੇ ਨੂੰ ਗਲਤ ਦਿਸ਼ਾ ਤੋਂ ਸਹੀ ਦਿਸ਼ਾ ਵੱਲ ਲੈ ਕੇ ਆਉਣਾ। ਨਹੀਂ ਨਹੀਂ, ਥੈਂਕ ਯੂ, ਕੋਈ ਗੱਲ ਨਹੀਂ, ਥੈਂਕ ਯੂ। ਬਾਬਾ ਮਤੀ, ਮਤੀ ਜੀ, ਇੱਕ ਵਾਰ ਖੋਲ੍ਹ ਕੇ ਤਾੜੀ NRI ਵੀਰਾਂ ਲਈ ਪਲੀਜ਼। ਕੋਈ ਨਹੀਂ, ਇਹ ਜਿਹੜੀ ਤੂੰ ਨਾ ਮੁੱਕੇ ਨਹੀਂ ਸ਼ਰਾਬ ਦੀ, ਇਹ ਬੋਤਲੇ ਪੀਣ ਵਾਲੇ ਮੁੱਕੀ ਜਾਂਦੇ ਆ। ਬਾਬਾ ਸ਼ਹੀਦ ਬਾਬਾ ਮਤੀ ਜੀ, ਮੈਨੂੰ ਪਲੀਜ਼ ਇਹਨਾਂ ਦਾ, ਜੇ ਤੁਹਾਡੇ ਕੋਲ ਕਿਸੇ ਕੋਲ ਹੋਵੇ, ਕਿਉਂਕਿ ਅਗਲੀ ਵਾਰ ਜੇ ਮੈਂ ਗਾਉਣ ਆਇਆ ਜੇ ਕੋਈ ਬੁੱਕ ਹੋਵੇ ਪਲੀਜ਼। ਥੈਂਕ ਯੂ ਸਰ, ਥੈਂਕ ਯੂ। ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਹਰ ਬੰਦੇ ਦੀ ਰਿਸਪੈਕਟ ਕਰਾਂ, ਪਰ ਇਹ ਮੇਰੀ ਵੀ ਪ੍ਰੋਬਲਮ ਹੈ, ਕਿਉਂਕਿ ਇੱਕ ਤਾਂ ਹੁੰਦੇ ਵੀ ਜ਼ਿਮੀਂਦਾਰਾਂ ਦੇ ਜਵਾਕ 8ਵੀਂ ਫੇਲ ਹੋ ਗਏ ਅਤੇ ਫਿਰ ਸਟੇਜ 'ਤੇ ਆ ਕੇ ਖੜ੍ਹ ਗਏ। ਮੇਰਾ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਕ ਲੈਵਲ ਹੈ ਕਿ ਮੈਂ 4 MA PhD ਹੈ ਅਤੇ ਮੈਨੂੰ ਕੋਈ ਉੱਤੇ ਉਂਗਲੀਆਂ ਜਿਹੀਆਂ ਕਰੀ ਜਾਵੇ ਫਿਰ ਮੇਰੇ ਤੋਂ ਔਖਾ। ਮੈਂ ਇੱਥੇ ਇਹਨਾਂ ਕਰਕੇ ਨਹੀਂ ਗਾਉਣ ਆਇਆ, ਨਾ ਮੈਂ ਇਹ ਹੈ ਵੀ ਮੈਂ ਹੁਣ 1.5 ਲੱਖ ਰੁਪਇਆ ਮੈਂ ਕਿਸੇ ਦੀ ਗੱਲ ਸਹਿ ਸਕਾਂ, ਇਹ ਮੇਰੀ ਪ੍ਰੋਬਲਮ ਹੈ, ਕਿਉਂਕਿ ਮੇਰੀ ਦੇਣਦਾਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਹੈ। ਮੈਂ ਮੰਗਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਕਿਸੇ ਬੰਦੇ ਦਾ ਨਹੀਂ, ਨਾ ਮੈਂ 1.5 ਲੱਖ ਰੁਪਇਆ ਵੀ ਮੈਨੂੰ ਕੋਈ ਤਾਂ ਨਹੀਂ, ਮੇਰਾ ਕੌੜਾ ਸੱਚ ਹੈ। ਮੈਂ ਕਿਸੇ ਪੀਰ ਫਕੀਰ ਦੇ ਵੀ ਜਾਣਾ, ਜੇ ਕੋਈ ਕਹੇ ਵੀ ਉਹ ਤੁਹਾਡੇ ਪਰੋਂ ਪੈਸੇ ਸਿੱਟ ਗਿਆ ਜੀ, ਉਹਦਾ ਜ਼ੋਰ ਨਾਲ ਨਾ ਬੋਲੋ। ਮੈਂ ਕਿਹਾ ਨਹੀਂ ਬੋਲਣਾ ਬਾਈ, ਮੇਰਾ ਦਿਲ ਨਹੀਂ ਮੰਨ ਰਿਹਾ, ਤੁਸੀਂ ਪੈਸੇ ਦਿੱਤੇ ਹੈ ਗਾਉਣ ਲਈ, ਨਾ ਕਿ ਕਿਸੇ ਦੀ ਸਿਫਤ ਸਲਾਹ ਲਈ। ਮੇਰਾ ਦਿਲ ਕਰਦਾ ਮੈਂ ਕਰ ਦੂੰ, ਪਰ ਜੇ ਧੱਕੇ ਨਾਲ ਕਹੋ ਆਹ ਕਰਨਾ ਐਂ ਕਰਨਾ, ਮੈਂ ਨਹੀਂ ਕਰ ਸਕਦਾ, ਮੇਰੀ ਇਹ ਪ੍ਰੋਬਲਮ ਹੈ। ਕਿਉਂਕਿ ਇਹ ਜਦੋਂ ਦਸਤਾਰ ਬੰਨ ਕੇ ਗਾਉਣਾ, ਇੱਥੇ ਬਹੁਤ ਜ਼ਿੰਮੇਵਾਰੀਆਂ ਸ਼ੁਰੂ ਹੋ ਜਾਣੀਆਂ। ਜੇ ਇਹ ਬੰਨ ਕੇ ਮੈਂ ਸਿਰਫ ਆਹੀ ਦੇਖਦਾ ਰਿਹਾ ਅਤੇ ਇੱਦਾਂ ਹੀ ਰਿਹਾ, ਫਿਰ ਲੱਖ ਲਾਣ ਤਾਂ ਇਹ ਬੰਨਣ ਦੇ, ਇਹਦਾ ਕੋਈ ਮੀਨਿੰਗ ਹੈ। ਮੈਂ ਹਰ ਨੂੰ, ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਦੋਂ ਕੋਈ ਦਸਤਾਰ ਬੰਨ ਕੇ ਗਾਉਂਦਾ ਉਹਦੇ ਵੀ ਬਹੁਤ ਫਰਜ਼ ਸ਼ੁਰੂ ਹੋ ਜਾਂਦੇ ਅਤੇ ਜਿਹੜੇ ਸੁਣਨ ਵਾਲੇ ਆ ਅਤੇ ਉਹਨਾਂ ਦੇ ਵੀ ਆਪਣੇ ਫਰਜ਼ ਨੇ। ਮਹਾਰਾਜ ਮਿਹਰ ਕਰੇ, ਦਇਆ ਕਰੇ, ਇਹ ਨਗਰ ਬਹੁਤ ਚੜ੍ਹਦੀ ਕਲਾ। ਇਸੇ ਤਰ੍ਹਾਂ
NRI ਵੀਰ, ਇਸ ਨਗਰ ਦੇ ਵੀਰ, ਰੋਜ਼ੀ ਰੋਟੀ ਜਿਨ੍ਹਾਂ ਨੂੰ ਵੀ ਮਾਲਕ ਨੇ ਜਿਸ ਰਾਹ ਵੀ ਪਾਇਆ ਹੈ, ਇਹ ਬਾਬਾ ਸ਼ਹੀਦ ਬਾਬਾ ਮੱਤੀ ਜੀ ਕੌਮ ਲਈ ਦੇਸ਼ ਲਈ ਜਾਨਾਂ ਵਾਰ ਰਹੀਆਂ ਬਹੁਤ ਔਖੀਆਂ ਨੇ। ਥੈਂਕ ਯੂ ਸਰ, ਥੈਂਕ ਯੂ। ਬਹੁਤ ਸੂਝਵਾਨ ਸਰੋਤੇ ਬੈਠੇ ਆ, ਮੈਂ ਦਿਲੋਂ ਥੈਂਕਸ ਕਰਦਾ। ਸੋ ਇੱਕ ਅੱਧੇ ਗੀਤ ਦੀ ਹਾਜ਼ਰੀ, ਕਿਉਂਕਿ ਜਦੋਂ ਲਿਵ ਜੇ ਟੁੱਟ ਜਾਏ ਫਿਰ ਗਾਉਣ ਨੂੰ ਦਿਲ ਨਹੀਂ ਕਰਦਾ। ਲਾਸਟ ਗੀਤ ਸ਼ਹੀਦ ਊਧਮ ਸਿੰਘ ਦੀ ਵਾਰ ਕਹਿ ਕੇ ਸਮਾਪਤੀ ਹੋ ਗਏ, 2 ਘੰਟੇ ਪੂਰੇ ਹੋ ਗਏ। ਥੈਂਕ ਯੂ। ਸ਼ਾਇਦ ਅਜੇ ਮੈਂ 1.5 ਘੰਟਾ ਹੋਰ ਗਾਉਣਾ, ਹੁਣ ਮੇਰੀ ਅੰਦਰੋਂ ਲਿਵ ਟੁੱਟ ਗਈ। ਜਦੋਂ ਲਿਵ ਟੁੱਟ ਜਾਏ ਫਿਰ ਬੰਦਾ ਗਾ ਨਹੀਂ ਸਕਦਾ। ਲਾਸਟ ਊਧਮ ਸਿੰਘ ਦੀ ਵਾਰ ਗਾ ਕੇ ਖਿਮਾ ਦੇ ਜਾ। ਦਮ ਦਿੱਤਿਆਂ ਬਾਜ ਨਹੀਂ ਦਮ ਮਿਲਦੇ, ਤੇ ਧੋਣੇ ਧੋਤਿਆਂ ਬਾਜ ਨਹੀਂ, ਬਿਨਾਂ ਖੁਸ਼ੀ ਤੋਂ ਹੱਸਿਆ ਨਹੀਂ ਜਾਂਦਾ, ਬਾਜ ਗਮਾਂ ਦੇ ਰੋਣੇ ਨਹੀਂ। ਦਰਦਾਂ ਬਾਜ ਨਾ ਸੀਨੇ ਵਿੱਚ ਛੇਕ ਪੈਂਦੇ, ਦਰਦਾਂ ਬਾਜ ਨਾ ਸੀਨੇ ਵਿੱਚ ਛੇਕ ਪੈਂਦੇ, ਤੇ ਛੇਕਾਂ ਬਾਜ ਨਾ ਮੋਤੀ ਲੱਗੇ ਦਾਗ ਗੁਲਾਮੀ ਦੇ ਦੇਸ਼ ਅੰਦਰ, ਤੇ ਅਣਖੀ ਯੋਧਿਆਂ ਬਾਜ ਨੀ। 13 ਅਪ੍ਰੈਲ 1919 ਦਾ ਸੂਰਜ ਅਜੇ ਚੜਿਆ ਹੀ ਸੀ, ਚਿੱਟੀ ਚਮੜੀ ਦਿਲ ਦੇ ਕਾਲੇ ਅੰਗਰੇਜ਼ ਸਰ ਮਾਈਕਲ ਅਡਵੈਰ ਨੇ ਜ਼ਲਿਆਂ ਵਾਲੇ ਬਾਗ ਅੰਦਰ ਗੋਲੀਆਂ ਚਲਾ ਲਾਸ਼ਾਂ ਦੇ ਢੇਰ ਲਗਾ ਦਿੱਤੇ। ਐਸੇ ਖੂਨੀ ਸਾਕੇ ਦਾ ਬਦਲਾ ਲੈਣ ਲਈ ਊਧਮ ਸਿੰਘ ਨੇ ਇੰਗਲੈਂਡ ਜਾ ਕਾਟੈਂਸ ਦੇ ਹਾਲ ਵਿੱਚ ਬੈਰੀ ਨੂੰ ਇਉਂ ਵੰਗਾਰਿਆ। ਲੈਕਚਰ ਅਜੇ ਅਡਵੈਰ ਨੇ ਸੀ ਕੀਤਾ, ਉਹ ਮੈਂ ਤੋੜਿਆ ਲੱਕ ਪੰਜਾਬ ਦਾ ਕਰ ਦਿੱਤਾ, ਮੈਂ ਸਿੱਖ ਪੰਥ ਦਾ ਚੀਰਿਆ ਛਾਤੀ ਦਾ, ਅੱਜ ਸਾਊਧਮ ਸਿੰਘ ਦਾ ਖਾ ਗਿਆ। ਉਹਨੇ ਕੱਢ ਕੇ ਝੱਟ ਰਿਵਾਲਵਰ ਦੱਬ ਦਿੱਤਾ ਕਰਕੇ ਚੀਮਿਆ, ਬੋਲੀ ਮਾਰੀ ਜਦੋਂ ਅਡਵੈਰ ਨੇ, ਜਾਵਣਾ ਤੰਗਣਾ ਬਦਲਾ ਲੈਣ ਦਾ ਪੀੜਾ ਉਠਾ ਕੇ। ਓ
ਊਧਮ ਸਿੰਘ ਮਾਲਵੇ ਦਾ ਊਧਮ ਸਿੰਘ ਪੈ ਗਿਆ ਬਿਜਲੀ ਦੇ ਵਾਂਗ ਪਰ ਫਿਰ ਜਾ ਪੰਜਾਬ ਦੇ ਆ ਬੈਰੀਆ ਬੈਰੀਆ ਸੁੱਕਾ ਜਾਈ ਨਾ ਤੂੰ ਬੋਰੀਆਂ ਚਲਾ ਸ਼ਹੀਦ ਊਧਮ ਸਿੰਘ ਦੂਸਰੀ ਕਤਾਰ 'ਚ ਬੈਠਾ ਵਾਰੀ ਦੀ ਉਡੀਕ ਕਰ ਰਿਹਾ ਕਿ ਜਨਰਲ ਡਾਇਰ ਕਦੋਂ ਆਪਣੇ ਲੋਕਾਂ ਸਾਹਮਣੇ ਮਾਈਕ 'ਤੇ ਆਵੇ ਅਤੇ ਮੈਂ 21 ਸਾਲ ਦਾ ਚੱਕਿਆ ਕਰਜ਼ਾ ਵਿੱਧ ਵਿਆਜ ਵਾਪਸ ਕਰਾਂ। ਜਦੋਂ ਜਨਰਲ ਡਾਇਰ ਦੀ ਵਾਰੀ ਆਈ ਅਤੇ ਜਨਰਲ ਡਾਇਰ ਨੇ ਇੱਥੋਂ ਗੱਲ ਸ਼ੁਰੂ ਕੀਤੀ, ਉਹ ਕਹਿੰਦਾ ਮੈਂ ਉਹ ਹਾਂ ਹਿੰਦੁਸਤਾਨ 'ਚ ਇੱਕ ਸਟੇਟ ਪੈਂਦੀ ਪੰਜਾਬ ਜਿੱਥੋਂ ਦੇ ਲੋਕ ਆਪਣੇ ਆਪ ਨੂੰ ਬਹੁਤ ਬਹਾਦਰ ਯੋਧੇ ਅਣਖੀਲੇ ਸੂਰਮੇ ਸਮਝਦੇ ਨੇ ਅਤੇ ਉਹਨਾਂ ਦੇ ਗੋਲਡਨ ਟੈਂਪਲ ਕੋਲ ਇੱਕ ਥਾਂ ਹੈ ਜਲਿਆਂਵਾਲਾ ਬਾਗ, ਇਕੱਠੇ ਹੋਏ ਪੰਜਾਬੀਆਂ ਨੂੰ ਮੈਂ ਉੱਥੇ ਨਠਾਇਆ, ਮੈਂ ਗੋਲੀਆਂ ਦਾਗਣ ਦਾ ਹੁਕਮ ਦਿੱਤਾ, ਮੈਂ ਲਾਸ਼ਾਂ ਖੂਹ ਨਾਲ ਭਰੀਆਂ, ਮੈਂ ਖੂਨ ਦੀਆਂ ਨਦੀਆਂ ਬਹਾਈਆਂ, ਮੈਂ ਮਾਵਾਂ ਦੀਆਂ ਗੋਦੀਆਂ 'ਚੋਂ ਦੋ ਦੋ ਤਿੰਨ ਤਿੰਨ ਸਾਲ ਦੇ ਬੱਚੇ ਵੀ ਇਸ ਕਰਕੇ ਨਹੀਂ ਛੱਡੇ ਕਿ ਇਹ ਸੱਪ ਦੇ ਬੱਚੇ ਨੇ, ਵੱਡੇ ਹੋ ਕੇ ਸੱਪ ਤੋਂ ਵੀ ਵੱਧ ਜ਼ਹਿਰੀਲੇ ਹੋਣਗੇ। ਸ਼ਾਇਦ ਜੇ ਸ਼ਹੀਦ ਊਧਮ ਸਿੰਘ ਕਾਰਵਾਈ ਲੋਟ ਪਾਉਂਦਾ, ਪਰ ਜਦੋਂ ਸ਼ਹੀਦ ਊਧਮ ਸਿੰਘ ਦੇ ਕੰਨਾਂ 'ਚ ਇਹ ਬੋਲ ਪਏ ਕਿ ਮੈਂ ਦੋ ਦੋ ਤਿੰਨ ਤਿੰਨ ਸਾਲ ਦੇ ਬੱਚੇ ਵੀ ਨਾ ਛੱਡੇ, ਸ਼ਹੀਦ ਊਧਮ ਸਿੰਘ ਦੇ ਡੋਲੇ ਫਰਕ, ਸ਼ਹੀਦ ਊਧਮ ਸਿੰਘ ਦੀਆਂ ਅੱਖਾਂ 'ਚ ਖੂਨ ਉਤਰਿਆ, ਯੋਧਾ ਆਪਣੇ ਆਪ ਤੋਂ ਬਾਹਰ ਹੋ ਗਿਆ, ਕੁਰਸੀ ਤੋਂ ਛਾਲ ਮਾਰ ਕੇ ਅਡਵੈਰ ਮੂਹਰੇ ਖੜ ਕੇ ਬੁੱਕ 'ਚੋਂ ਪਿਸਤਲ ਬੈਰੀ ਵੱਲ ਕੱਢ ਕੇ ਕੀ ਕਹਿੰਦਾ, ਫਿਰ ਜਾ ਪੰਜਾਬ ਫਿਰ ਜਾ ਪੰਜਾਬ ਸਤਿਕਾਰ।
ਸਤਿਕਾਰ ਵਜੋਂ ਖੁੱਲ੍ਹ ਕੇ ਤਾੜੀਆਂ ਸ਼ਹੀਦ ਊਧਮ ਸਿੰਘ। ਇੱਕ ਵਾਰ ਫਿਰ ਸ਼ਹੀਦ ਬਾਬਾ ਮੱਤੀ ਜੀ ਉਹਨਾਂ ਦੇ ਸਾਲਾਨਾ ਇਨਾਮ ਵੰਡ ਸਮਾਰੋਹ 'ਚ ਦੂਰ ਦਰੇਡਿਓ ਜਿੱਥੋਂ ਵੀ ਆਪ ਸਭ ਸੰਗਤਾਂ ਤਸ਼ਰੀਫ ਲੈ ਕੇ ਆਏ ਹੋ, ਨਗਰ ਵਾਲੇ ਖਾਸ ਤੌਰ 'ਤੇ, ਪੁਲਿਸ ਪ੍ਰਸ਼ਾਸਨ ਜਿੱਦੇ ਵੀ ਔਫਿਸਰ ਸਾਹਿਬਾਨ ਤਸ਼ਰੀਫ ਲੈ ਕੇ ਆਏ, ਸਾਰਿਆਂ ਨੂੰ ਬਹੁਤ ਬਹੁਤ ਸਤਿਕਾਰ। ਇਸ ਸਾਲਾਨਾ ਜੋੜ ਮੇਲੇ ਦੀਆਂ ਮੁਬਾਰਕਾਂ ਸਾਡੇ ਕੋਲੋਂ ਗਾਉਂਦਿਆਂ ਬਹੁਤ ਗਲਤੀਆਂ ਤਰੁੱਟੀਆਂ ਛੋਟੇ ਬੱਚੇ ਸਮਝ ਕੇ ਮਾਫ਼ ਕਰਨਾ, ਜਿਉਂਦੇ ਰਹੇ ਕਦੇ ਰੱਬ ਨੇ ਚਾਹਿਆ ਫਿਰ ਆਪ ਸਭ ਦੇ ਦਰਸ਼ਨ ਦਿਦਾਰਿਆਂ ਦੀ ਆਸ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਠੀਕ ਹੈ ਜੀ, ਅੱਛਾ।